ਦਾਦਾ ਜੀ ਦਾ ਦਿਲ ਰੋਜ਼ ਦੇ ਮੈਨੂੰ ਰੋਜ਼ ਫੋਨ ਆਉਂਦਾ ਤੇ ਮੈਂ ਅੱਜ ਅੱਧਾ ਦਿਨ ਕੰਮ ਕਰਕੇ ਇਸੇ ਕਰਕੇ ਇਹਨੂੰ ਮਿਲਾ ਨਹੀਂ ਆ। ਹੈਲੋ ਬੇਟਾ, ਹਾਊ ਆਰ ਯੂ? ਹਾਈ ਮੰਮਾ, ਕੋਲ ਚੁੱਪ ਕਰਵਾਉਂਦੇ ਹੋ? ਮਾਂ ਲਈ ਬਹੁਤ ਔਖਾ, ਪਰ ਬੱਚੇ ਹੌਸਲਾ ਤੇ ਰੱਖਣਾ ਪੈਂਦਾ ਹੈ ਨਾ ਸਾਨੂੰ। ਮੈਂ ਸਮਝਦੀ ਆ ਉਹਦੀਆਂ ਚੀਜ਼ਾਂ, ਪਰ ਮੈਂ ਜਦੋਂ ਆਪਣੇ ਆਫਿਸ ਦੇ ਕੰਮ ਤੋਂ ਫਾਰਗ ਹੁੰਦੀ ਆ, ਮੇਰਾ ਦਿਲ ਸੋਚ ਸੋਚ ਕੇ ਕੰਬਦਾ ਹੈ ਕਿ ਉਹਦੇ ਕੱਪੜੇ, ਉਹਦੇ ਖਿਲੋਣੇ ਦੇਖ ਕੇ ਕਿਵੇਂ ਦਿਲ ਧੜਦੇ ਹੋਗੇ। ਬੇਟਾ, ਤੁਹਾਨੂੰ ਹੁਣ ਹੌਸਲਾ ਤੇ ਰੱਖਣਾ ਪਏਗਾ ਨਾ, ਇੱਕ ਹੋਰ ਜੀ ਹੈ ਤੁਹਾਡੇ ਕੋਲ, ਉਹ ਵੀ ਆਪਣੀ ਭੈਣ ਨੂੰ ਲੱਭਦਾ ਹੋਏਗਾ। ਮੈਂ ਅੱਜ ਸਪੈਸ਼ਲੀ ਤੁਹਾਨੂੰ ਮਿਲਣ ਆਈ ਹਾਂ, ਤੁਹਾਡੇ ਹਸਬੈਂਡ ਦਾ ਮੈਨੂੰ ਫੋਨ ਆਈ ਜਾ ਰਿਹਾ ਸੀ, ਤੁਸੀਂ ਰੋ ਰਹੇ ਹੋ, ਤੁਹਾਡੀ ਤਬੀਅਤ ਨਹੀਂ ਠੀਕ, ਤੁਸੀਂ ਖਾਣਾ ਨਹੀਂ ਖਾ ਰਹੇ, ਤੁਹਾਡੇ ਸਹੁਰਾ ਸਾਹਿਬ ਦਾ, ਤੁਹਾਡੇ ਪਾਪਾ ਦਾ ਮੈਨੂੰ ਰੋਜ਼ ਫੋਨ ਆ ਰਿਹਾ। ਮੈਂ ਕਿਹਾ ਸੀ ਮੈਂ ਜ਼ਰੂਰ ਆਵਾਂਗੀ, ਮੈਂ ਅੱਜ ਅੱਧਾ ਦਿਨ ਕੰਮ ਕਰਕੇ ਸਪੈਸ਼ਲੀ ਸਿਰਫ ਤੁਹਾਨੂੰ ਤੇ ਤੁਹਾਨੂੰ ਮਿਲਣ ਆਈ ਹਾਂ। ਤੁਸੀਂ ਇਸ ਤਰ੍ਹਾਂ ਹੌਸਲਾ ਨਾ ਛੱਡੋ, ਆਪਾਂ ਲੜਾਈ ਲੜ ਰਹੇ ਹਾਂ ਨਾ। ਅੱਜ ਮੈਂ ਸੀਪੀ ਸਾਹਿਬ ਨੂੰ ਵੀ ਸਵੇਰ ਦਾ 2 ਵਾਰੀ ਫੋਨ ਕੀਤਾ ਕਿ ਮੈਨੂੰ ਦੱਸੋ ਚਲਾਨ ਕਦੋਂ ਪੇਸ਼ ਕਰ ਰਹੇ ਹੋ, ਕਿਉਂਕਿ ਹੁਣ ਜਿਹੜੀ ਕਾਨੂੰਨੀ ਕਾਰਵਾਈ ਹੈ ਨਾ ਉਹ ਪੁਲਿਸ ਨੇ ਕਰਨੀ ਹੈ, ਮੈਂ ਆਪਣਾ ਫਰਜ਼ ਬਖੂਬੀ ਨਿਭਾ ਰਹੀ ਹਾਂ। ਪਰਿਵਾਰਕ ਮੈਂਬਰ ਹੈ ਜੀ, ਹੁਣ ਮੇਰੀ ਆਪਣੀ, ਮੇਰਾ ਇਹ ਮੈਟਰ ਬਹੁਤ ਦਿਲ ਨਾਲ ਜੁੜਿਆ ਹੋਇਆ ਹੈ। ਤੁਸੀਂ ਸਾਡੇ ਪਰਿਵਾਰਕ ਮੈਂਬਰ ਹੈ, ਮੈਂ ਡਾਇਰੈਕਟਲੀ ਤੁਹਾਨੂੰ ਦੱਸਦਾ ਹਾਂ, ਤੁਸੀਂ ਸਾਡੇ ਪਰਿਵਾਰਕ ਮੈਂਬਰ ਹੈ। ਮੈਂ ਆਪਣਾ ਫਰਜ਼ ਕਾ, ਦੇਖੋ ਜੋ ਮੈਂ ਸਰਕਾਰ ਦਾ ਪਾਰਟ ਹਾਂ, ਜੋ ਮੈਂ ਆਪਣਾ ਫਰਜ਼ ਨਿਭਾਉਣਾ ਚਾਹੀਦਾ ਇੱਕ ਅਹੁਦੇ ਤੇ ਬੈਠ ਕੇ, ਉਹ ਤੋਂ ਵੱਧ ਕੇ ਇਨਸਾਨ ਨਹੀਂ, ਵੱਧ ਕੇ ਨਹੀਂ, ਉਹ ਤੋਂ ਵੱਧ ਕੇ ਕਰ ਰਿਹਾ ਤੁਸੀਂ ਮੇਰਾ ਨਾਮ। ਇਹ ਇਨਸਾਨੀਅਤ ਵੀ ਕੋਈ ਚੀਜ਼ ਹੈ, ਕਿਉਂਕਿ ਇਹ ਬੜਾ ਰੇਅਰ ਮੈਟਰ ਹੈ। ਉਹ ਤੁਹਾਨੂੰ ਪਤਾ ਹੈ ਲੁਧਿਆਣੇ ਦੀ ਮੀਡੀਆ ਬੜੇ ਸਾਰੇ ਲੋਕ ਪਰਸਨਲੀ ਮੈਨੂੰ ਮੇਲ ਕਰ ਰਹੇ ਨੇ ਕਿ ਸਭ ਦੇ ਦਿਲਾਂ ਨਾਲ ਜੁੜੀ ਹੋਈ ਹੈ ਬੱਚੀ, ਇਹ ਜਿਹੜੀਆਂ ਬੱਚੀਆਂ ਖੜੀਆਂ ਹੋਈਆਂ ਨੇ ਨਾ ਇੰਟਰਵਿਊ ਲੈਣ ਆ ਰਹੀਆਂ ਨੇ, ਇਹਨਾਂ ਚੋਂ ਸਭ ਨੇ ਹੀ ਮੈਨੂੰ ਪਰਸਨਲ ਮੇਲ ਕੀਤੀ। ਦੇਖੋ ਕਿੰਨਾ ਸਾਰਾ ਪੂਰਾ ਪੰਜਾਬ ਤੁਹਾਡੇ ਨਾਲ ਖੜਾ ਹੋਇਆ, ਵਿਦੇਸ਼ਾਂ ਚੋਂ ਮੈਨੂੰ ਇੰਨੀਆਂ ਮੇਲ ਆ ਰਹੀਆਂ ਨੇ, ਦਿਲ ਰੋਜ਼ ਨੂੰ ਇਨਸਾਫ ਦਵਾਓ, ਦਿਲ ਰੋਜ਼ ਨੂੰ ਇਨਸਾਫ ਦਵਾਓ। ਮੈਂ ਤੇ ਖੁਦ ਇੱਕ ਮਾਂ ਹੈਗੀ ਆ, ਤੇ ਬੱਚੇ ਮੈਨੂੰ ਬੜਾ ਹੀ ਇਸ ਚੀਜ਼ ਦਾ ਹੁਣ ਰਿਗਰੈਟ ਹੈ, ਪਰ ਮੈਂ ਹੁਣ ਆਪਾਂ ਸਿਰਫ ਤੇ ਸਿਰਫ ਸਾਡੀਆਂ ਨਜ਼ਰਾਂ ਸਭ ਦੀਆਂ, ਇੱਥੇ ਸਾਰੇ ਜਿੰਨੇ ਮੀਡੀਆ ਦੇ ਵੀ ਲੋਕ ਨੇ, ਸਭ ਦੀਆਂ ਨਜ਼ਰਾਂ ਕਾਨੂੰਨ ਦੀ ਤਰਫ ਦੇਖ ਰਹੀਆਂ ਨੇ ਕਿ ਕਦੋਂ ਪੁਲਿਸ ਇਹਦਾ ਚਲਾਨ ਪੇਸ਼ ਕਰਦੀ ਹੈ, ਕਾਨੂੰਨੀ ਪ੍ਰੋਸੀਡਿੰਗ ਕਦੋਂ ਸ਼ੁਰੂ ਹੁੰਦੀ ਹੈ। ਮਨੀਸ਼ਾ ਗੁਲਾਟੀ ਦੇ ਹੱਥ ਤੇ ਚੋਏ, ਮਨੀਸ਼ਾ ਗੁਲਾਟੀ ਤੇ ਅੱਜ ਹੀ ਸਾਹ ਤੇ ਟੰਗਦੇ, ਇਹ ਖੁਸ਼ੀ ਇੱਕ ਔਰਤ ਜਾਤ ਤੇ ਜਿੰਨੇ ਕਲੰਕਿਤ ਕਰਤਾ ਇੱਕ ਮਾਂ ਹੁੰਦਿਆਂ ਹੋਇਆ। ਰੋਣਾ ਨੀ ਬੱਚੇ, ਤੁਸੀਂ ਸਟਰੋਂਗ ਹੋਣਾ, ਮਜ਼ਬੂਤ ਹੋ, ਦੇਖੋ ਛੋਟਾ ਜਿਹਾ ਇੱਕ ਜੀ ਹੋਰ ਤੁਹਾਡੇ ਨਾਲ ਜੁੜਿਆ ਹੋਇਆ। ਇਹ ਮਾਂ ਪਿਓ ਨੇ ਆਪਣੇ ਹਜੇ ਇੱਕ ਦੂਜੇ ਦੀ ਹੁਣ ਤੁਸੀਂ ਸਟਰੈਂਥ ਬਣਨਾ। ਆਪਾਂ ਉਸ ਬੱਚੀ ਨੂੰ ਵਾਪਸ ਨਹੀਂ ਲਿਆ ਸਕਦੇ, ਪਰ ਉਹ ਏਂਜਲ ਉੱਤੋਂ ਜ਼ਰੂਰ ਫਰਿਆਦ ਕਰ ਰਹੀ ਹੋਣੀ ਕਿ ਮੈਨੂੰ ਜਸਟਿਸ ਚਾਹੀਦਾ ਚਾਹੀਦਾ ਨਾ। ਤੇ ਮੇਰੇ ਬੇਟਾ ਤੁਸੀਂ ਹਿੰਮਤ ਰੱਖੋ, ਹੁਣ ਤੁਸੀਂ ਰੋਗੇ ਨੀ। ਦੇਖੋ ਮੈਂ ਤੁਹਾਨੂੰ ਅੱਗੇ ਵੀ ਇੰਨਾ, ਮੈਂ ਸਮਝਦੀ ਹਾਂ ਮਾਂ ਦੀ ਇਮੋਸ਼ਨਸ ਨੂੰ ਕਹਿਣਾ ਸੌਖਾ ਹੈ ਕਿ ਰੋਣਾ ਨੀ, ਪਰ ਥੋੜਾ ਜਿਹਾ ਹੌਸਲਾ ਰੱਖੋ, ਹਿੰਮਤ ਦਿਖਾਓ, ਵਾਹਿਗੁਰੂ ਅੱਗੇ ਅਰਦਾਸ ਕਰੋ। ਔਰ ਮੈਂ ਤੁਹਾਡੇ ਲਈ ਰੋਜ਼ ਅਰਦਾਸ ਕਰਦੀ ਹਾਂ, ਤੁਹਾਡੀ ਅੱਖਾਂ 'ਚ ਇੰਨੇ ਪੜ੍ਹੇ ਲਿਖੇ ਹੋ, ਇੰਨੇ ਤੁਸੀਂ ਮੈਚਿਓਰ ਹੋ,
ਹੁਣ ਹਿੰਮਤ ਰੱਖੋ, ਖਾਲੀ ਕਰਕੇ ਪਏ ਹੋ ਗਏ ਜੀ, ਅਸਤਾ ਸਾਡੇ ਕੋਲ ਤਾਂ ਕੁਝ ਵੀ ਨਹੀਂ ਰਿਹਾ ਜੀ। ਬੱਚੇ ਮੈਂ ਸਮਝਦੀ ਹਾਂ ਆਪਾਂ ਉਹਨੂੰ ਵਾਪਸ ਨਹੀਂ ਲਿਆ ਸਕਦੇ, ਪਰ ਆਪਾਂ ਲੜਾਈ ਤੇ ਲੜੀਏ ਕਿ ਤਾਂ ਕਿ ਕੱਲ ਨੂੰ ਹੋਰ ਕੋਈ ਸਮਾਜ ਦਿਲ ਰੋਜ਼ ਨਾ ਬਣੇ। ਦੇਖੋ ਇੱਕ ਤਰਫ ਮੈਂ ਮੀਡੀਆ ਵਾਲਿਆਂ ਨੂੰ ਕਹਿਣਾ ਚਾਹਾਂਗੀ, ਇੱਕ ਇਹ ਮਾਂ ਏ ਜਸਟਿਸ ਲਈ ਰੋ ਰਹੀ ਏ। ਤੁਹਾਨੂੰ ਪਤਾ ਹੈ ਭਾਜੀ, ਇੱਕ ਗੋਂਦ ਵਾਲੇ ਚ ਇੱਕ ਔਰਤ ਨੇ ਆਪਣੀ 6 ਸਾਲ ਦੀ ਬੱਚੀ ਨੂੰ, ਮੈਂ ਹੁਣੇ ਗੱਡੀ ਚ ਬਹਿ ਕੇ SSP ਸਾਹਿਬ ਨੂੰ ਪੁੱਛਿਆ ਕਿ ਉਸ ਦਾ ਕੀ ਸਟੇਟਸ ਏ, ਤੇ ਕਹਿੰਦੇ ਸੀ ਦੋ ਜਗ੍ਹਾ ਉਹਦਾ ਅਫੇਅਰ ਸੀ, ਦੋ ਬੰਦਿਆਂ ਨਾਲ ਮਿਲ ਕੇ ਉਹਨੇ ਆਪਣੀ ਬੱਚੀ ਮਾਰਤੀ। ਇੱਕ ਉਹ ਮਾਂ ਨੂੰ ਦੇਖੋ ਕਿ ਉਹ ਇੱਕ ਇਹ ਮਾਂ ਨੂੰ ਦੇਖੋ, ਤੇ ਤੁਸੀਂ ਦੇਖੋ ਔਰਤ ਦੇ ਨਾਮ ਨੂੰ, ਇੱਕ ਉਹ ਮਾਂ ਨੂੰ ਦੇਖੋ, ਉਹ ਵੀ ਮਾਂ ਏ ਜਿਹਨੇ ਦਿਲਰੋਜ਼ ਦਾ ਕਤਲ ਕੀਤਾ, ਇੱਕ ਉਹ ਗੋਂਦ ਵਾਲੇ ਚ ਉਹ ਵੀ ਖੁਦ ਵੀ ਮਾਂ ਏ ਜਿਹਨੇ ਆਪਣੀ ਬੱਚੀ ਦਾ ਕਤਲ ਕੀਤਾ। ਇੱਕ ਮਾਂ ਆਪਣੀ ਬੱਚੀ ਵਾਸਤੇ ਤੜਪ ਰਹੀ ਏ, ਤਾਂ ਦੋ ਮਾਵਾਂ ਨੇ ਮਾਂ ਦੇ ਸ਼ਬਦ ਨੂੰ ਕਲੰਕਿਤ ਕਰਤਾ, ਔਰਤ ਉਹਨੂੰ ਕਲੰਕਿਤ ਕਰਤਾ। ਉੱਥੇ ਵੀ ਮੈਂ SSP ਸਾਹਿਬ ਨੂੰ ਕਿਹਾ ਜਲਦ ਤੋਂ ਜਲਦ ਇਹਦਾ ਚਲਾਨ ਪੇਸ਼ ਕਰੋ, ਇਹਨੂੰ ਵੀ ਜਲਦ ਤੋਂ ਜਲਦ ਸਜ਼ਾ ਦਿਲਵਾਓ। ਤੇ ਪਰ ਸਾਡੇ ਪੰਜਾਬ ਵਾਸਤੇ ਕੀ ਇਹ ਚੀਜ਼ ਹਰ ਜਗ੍ਹਾ ਵਾਸਤੇ ਹਰ ਸਟੇਟ ਵਾਸਤੇ ਮਾੜੀ ਏ। ਔਰ ਮੈਂ ਆਪਣੇ ਮਾਨਯ ਪ੍ਰਧਾਨ ਮੰਤਰੀ ਜੀ ਨੂੰ ਵੀ ਲਿਖਿਆ ਹੈ ਕਿ ਕੋਈ ਇਹ ਕੁਝ ਸਖਤ ਕਾਨੂੰਨ ਲੈ ਕੇ ਆਣ, ਇਸ ਟਾਈਮ ਦਾ ਇਹ ਕੁਝ ਸਖਤ ਕਾਨੂੰਨ ਦੀ ਬਹੁਤ ਜ਼ਰੂਰਤ ਏ। ਇਹ ਜੱਦੋ ਜਹਿਦ ਕਰਨੀ ਪੈ ਰਹੀ ਹੈ ਸਾਡੇ ਜਿਹਾ ਨੂੰ ਵੀ, ਮੇਰੀ ਇਹ ਜੱਦੋ ਜਹਿਦ ਏ ਕਾਨੂੰਨ ਦੇ ਨਾਲ ਕਿ ਮੈਨੂੰ ਕਿਉਂ ਫੋਨ ਕਰਕੇ ਪੁੱਛਣਾ ਪੈਂਦਾ ਕਿ ਚਲਾਨ ਕਦੋਂ ਪੇਸ਼ ਹੋ ਰਿਹਾ, ਕਿਉਂ ਪੁੱਛੀਏ ਆਪਾਂ। ਤੇ ਜੱਦੋ ਜਹਿਦ ਏ, ਇਹਨਾਂ ਤੇ ਸਖਤ ਕਾਨੂੰਨ ਲਿਆਉਣ ਦੀ ਜ਼ਰੂਰਤ ਏ। ਉਮੀਦ ਏ ਤੁਸੀਂ ਔਰ ਅਸੀਂ ਮਿਲ ਕੇ ਆਪਾਂ ਇਹ ਕੰਮ ਕਰਦੇ ਰਹਾਂਗੇ ਇਹਦੇ ਤੇ। ਬੇਟਾ ਤੁਸੀਂ ਸਟਰੋਂਗ ਹੋਵੋ, ਤੁਸੀਂ ਮਜ਼ਬੂਤ ਹੋਵੋ, ਤੁਹਾਡੀ ਆਪਣਾ ਹੌਸਲਾ ਅਫਜਾਈ ਤੁਹਾਨੂੰ ਖੜਾ ਕਰੇਗੀ। ਹਿੰਮਤ ਰੱਖੋ, ਤੁਸੀਂ ਇੱਕ ਬੀੜਾ ਚੁੱਕੋ ਹੁਣ ਕਿ ਸਮਾਜ ਵਿੱਚ ਇਹੋ ਜਿਹੇ ਜਿਹੜੇ ਲੋਕ ਨੇ, ਮੈਂ ਕੁਛ ਇਹੋ ਜਿਹੀ ਸਾਡੇ ਨਾਲ ਜੁੜੋ ਤੁਸੀਂ, ਠੀਕ ਏ ਬੇਟਾ। ਮੈਂ ਤੁਹਾਨੂੰ ਇੱਕ ਪਰ ਸਟਰੋਂਗ ਹੋਵੋ, ਮੁਸ਼ਕਿਲ ਏ ਪਰ ਔਰਤ ਵਾਸਤੇ ਜੇ ਉਹ ਖੁਦ ਚਾਹੇ ਤੇ ਕੁਝ ਵੀ ਮੁਸ਼ਕਿਲ ਨਹੀਂ ਹੈ। ਮਮਤਾ ਲਈ ਮੁਸ਼ਕਿਲ ਏ, ਹੈ ਨਾ? ਕਿਹਦੇ ਸਿਰ ਤੇ ਉੱਠੀ ਹੈ ਜੀ, ਕੋਈ ਦੇਖਦਾ ਹੀ ਨਹੀਂਗਾ ਜੀ। ਬੇਟਾ ਜੇ ਤੁਸੀਂ ਇਸ ਮਾਮਲੇ ਦੀ ਤਹਿ ਤੱਕ ਜਾਣ ਦੀ ਜ਼ਰੂਰਤ ਏ, ਕਾਨੂੰਨ ਤੋਂ ਉੱਪਰ ਕੁਛ ਨਹੀਂ ਹੈਗਾ, ਕਾਨੂੰਨ ਆਪਣਾ ਕੰਮ ਕਰੇਗਾ, ਆਪਾਂ ਪ੍ਰੈਸ਼ਰ ਪਾਈ ਰੱਖਾਂਗੇ। ਮੀਡੀਆ ਵੀ ਨਹੀਂ ਛੱਡੇਗੀ, ਮੀਡੀਆ ਰੋਜ਼ ਲੈ ਰਹੀ ਹੈ ਤੁਹਾਡੇ ਮੈਟਰ ਨੂੰ, ਰੋਜ਼ ਲੈ ਰਹੀ ਹੈ ਕਿ ਅੱਖਾਂ ਖੋਲੀਏ ਆਪਾਂ ਕਿ ਜਸਟਿਸ ਜਲਦੀ ਮਿਲੇ। ਬਹੁਤ ਸਾਥ ਦੇ ਰਹੀ ਹੈ ਲੁਧਿਆਣੇ ਦੀ ਮੀਡੀਆ, ਪੰਜਾਬ ਦੀ ਮੀਡੀਆ, ਤੇ ਆਪਾਂ ਬੇਟਾ ਕਰ ਰਿਹਾ ਆਪਣਾ ਕੰਮ, ਪਰ ਫਿਰ ਵੀ ਇੱਕ ਦੂਜੇ ਦੇ ਪਿੱਲਰ ਬਣੋ। ਇਸ ਮਾਮਲੇ ਦੀ ਤਹਿ ਤੱਕ ਜਾਣ ਦੀ ਜ਼ਰੂਰਤ ਏ। ਮੈਂ ਆਉਂਦੀ ਰਹਾਂਗੀ, ਤੁਸੀਂ ਮੈਨੂੰ ਰੋਜ਼ ਜਿੰਨੀ ਵਾਰੀ ਮਰਜ਼ੀ ਬੇਟਾ ਤੁਸੀਂ ਫੋਨ ਕਰ ਸਕਦੇ ਹੋ, ਠੀਕ ਏ? ਔਰ ਮੈਂ ਤੁਹਾਡੇ ਨਾਲ ਹਾਂ, ਤੁਸੀਂ ਹਿੰਮਤ ਨਹੀਂ ਹਾਰਨੀ, ਰੋਣਾ ਨਹੀਂ ਹੈ। ਦੇਖੋ ਤੁਹਾਡਾ ਇੱਕ ਬੱਚਾ ਹੋਰ ਹੈ, ਤੁਸੀਂ ਇਸ ਤਰ੍ਹਾਂ ਆਪਣੇ ਆਪ ਨੂੰ ਕਮਜ਼ੋਰ ਨਾ ਕਰੋ। ਏਦਾਂ ਨਾ, ਮੇਰਾ ਬੱਚਾ ਨੀ ਛੱਡਿਆ, ਮੈਂ ਉਹਨੂੰ ਜ਼ਿੰਦਾ ਦੇਖਣਾ ਚਾਹੁੰਦੀ ਕਿ ਉਹਨੂੰ ਜਲਦੀ ਤੋਂ ਜਲਦੀ ਉਹਨੂੰ ਖਤਮ ਕਰ ਦਿਓ। ਨਹੀਂ ਦੇਖ ਸਕਦੀ ਕਿ ਮੈਂ ਉਹ ਚਾਹੇ ਕਿਤੇ ਵੀ ਬੈਠੀ ਆ, ਬਸ ਜਲਦੀ ਖਤਮ ਕਰ ਦਿਓ ਉਹਨੂੰ, ਨਹੀਂ ਦੇਖ ਸਕਦੀ ਕਿ ਉਹ ਜ਼ਿੰਦਾ ਰਹੇ। ਇੱਕ ਮਾਂ ਕਿਸ ਤਰ੍ਹਾਂ ਦੇਖ ਸਕਦੀ ਏ ਕਿ ਇੱਕ ਔਰਤ ਨੇ ਮੇਰੀ ਗੋਦ ਸੁਣੀ ਕਰਤੀ ਏ, ਮੇਰੀ ਬੱਚੀ ਮੇਰੀ ਕੁੜੀ ਮੇਰੇ ਝੋਲੀ ਚੋਂ ਚੁੱਕ ਕੇ ਲੈ ਗਈ ਏ, ਤੇ ਕਿਸ ਤਰ੍ਹਾਂ ਦੇਖ ਸਕਦੀ ਏ? ਮੈਨੂੰ ਤੁਹਾਡੇ ਫਾਦਰ ਸਾਹਿਬ ਦੱਸਦੇ ਸੀ ਕਿ ਜੋਤਾਂ ਆਉਂਦੀਆਂ ਸੀ, ਕਿੱਦਾਂ ਫੁੱਲ ਵਿਛਾਉਂਦੀ ਲੈ ਜਾਂਦੀ ਸੀ। ਦੋ ਮਹੀਨਿਆਂ ਦੀ ਜਿਹਨੇ ਕਦਰ ਕੀਤਾ ਓਹਦੀ ਗੋਦੀ ਚ ਆਈ ਇਹ।
ਉਹਦੀ ਗੋਦੀ ਜੀ ਆ ਜਿਹਨੇ ਕਦਰ ਕੀਤਾ ਜੀ। ਫਿਰ ਮੈਨੂੰ ਇੱਕ ਮੈਡਮ ਕੱਲ ਇੱਕ ਮਹਾਂਪੁਰਸ਼ ਮਿਲੇ ਜੀ, ਉਹਨਾਂ ਨੇ ਬੁੱਢਾ ਦਿਖਾਈ ਦਿਖਾਈ ਦੀ ਲੋਈ ਦੇ ਜਾਣ ਵਾਲੀ ਬੁੱਢਾ, ਕਹਿੰਦਾ ਬੱਚੇ ਦਾ ਜਨਮ ਹੁੰਦਾ ਬੱਚੇ ਦੀਆਂ ਮੁੱਠੀਆਂ ਬੀਚੀਆਂ ਹੁੰਦੀਆਂ ਜੀ। ਇਹਨੂੰ ਤੁਹਾਨੂੰ ਪਤਾ ਨੀ ਲੱਗਿਆ, ਕਹਿੰਦੇ ਬੱਚਾ ਕੋਈ ਰੱਬ ਦਾ ਰੂਪ ਸੀ, ਜਦੋਂ ਬੱਚੇ ਨੇ ਜਨਮ ਲਿਆ ਉਦੋਂ ਅਸ਼ੀਰਵਾਦ ਦੇ ਰਿਹਾ ਬੱਚਾ ਜੀ। ਆਹ ਦੇਖੋ ਮੂਵੀ ਸਿਰਫ 10 ਮਿੰਟ ਦੀ ਆ ਜੀ। ਤੁਸੀਂ ਕੀ ਕਹਿ ਰਹੇ ਸੀ ਬੇਟਾ ਜੀ, ਜਿਹੜੇ ਕਾਤਲ ਦੇ ਫਾਦਰ ਨੇ ਫੈਮਿਲੀ ਹੈਗੀ ਹਰਬੰਸ ਸ਼ਰਮਾ, ਇਹ ਹੱਥ ਖੁੱਲੀ ਆਈ ਸਿਰਫ 10 ਮਿੰਟ ਦੀ ਆ ਜੀ, ਸਿਰਫ 10 ਮਿੰਟ ਦੀ। ਕਹਿੰਦਾ ਬੱਚਾ ਦਾ ਅਸ਼ੀਰਵਾਦ ਦੇ ਰਿਹਾ, ਕਹਿੰਦਾ ਇਹ ਵੀ ਰੱਬ ਦਾ ਰੂਪ ਹੈ ਜੀ ਇਹ, ਕਹਿੰਦਾ ਬੱਚਾ ਆਮ ਬੱਚਾ ਨਹੀਂ ਜੀ ਇਹ, ਕਹਿੰਦੇ ਆਮ ਬੱਚੇ ਦੀਆਂ ਮੁੱਠੀਆਂ ਬੀਚੀਆਂ ਹੁੰਦੀਆਂ ਜੀ, ਸਿਰਫ 10 ਮਿੰਟ ਦੀ ਸੀ ਉਹਦੇ। ਪਰਿਵਾਰ ਦੇ ਦੇਖੋ ਮੈਮ, ਜਿਵੇਂ ਆਪਾਂ ਕਹਿੰਦੇ ਕਿ ਹੌਸਲਾ ਹੁੰਦਾ ਹੈ, ਕਾਤਲ ਨੂੰ ਡਰ ਹੁੰਦਾ, ਪਰ ਜਿਹੜੀ ਕਾਤਲ ਦੀ ਫੈਮਿਲੀ ਉਹ ਇਹਨਾਂ ਨੂੰ ਫੋਨ ਕਰਦੀ ਹੈ। ਦੇਖੋ ਉਸ ਦਿਨ ਮੈਂ ਇੱਥੇ ਕਾਇਲੀ ਫੋਨ ਕਰ ਰਹੇ ਨੇ ਤੁਹਾਨੂੰ, ਮੈਨੂੰ ਜਦੋਂ ਫੋਨ ਆਇਆ ਉਹਦਾ, ਕਹਿੰਦੇ ਵੀਰ ਜੀ ਬਹੁਤ ਮਾੜਾ ਕੰਮ ਹੋਇਆ, ਮੈਂ ਇਦੋਂ ਮਾੜਾ ਹੋਰ ਕਿਹੜਾ ਹੋ ਸਕਦਾ ਜੀ, ਬਹੁਤ ਇਦੋਂ ਮਾੜਾ ਤਾਂ ਕੋਈ ਕੰਮ ਹੀ ਨਹੀਂ ਹੋ ਸਕਦਾ। ਮੈਂ ਕਹਿੰਦਾ ਹਰਬੰਸ ਬੋਲਦਾ, ਜਦੋਂ ਉਹਨੇ ਹਰਬੰਸ ਦਾ ਨਾਂ ਲਿਆ ਮੈਂ ਫੋਨ ਕਰਦਾ। ਨਹੀਂ ਪੁਲਿਸ ਉਹਨਾਂ ਨੂੰ ਇੰਟਰੋਗੇਟ ਕਰ, ਇਨਵੈਸਟੀਗੇਸ਼ਨ ਤੇ ਚੱਲ ਹੀ ਰਹੀ ਹੈ ਉਹਦੇ ਤੇ, ਪਰ ਮੈਨੂੰ ਐਵੇਂ ਇਹਨੇ ਦਿਨ ਨਹੀਂ ਲੱਗਣੇ ਚਾਹੀਦੇ, ਕਿਉਂਕਿ ਪਾਣੀ ਬਾਪੂ ਕਲੀਅਰ ਹੈ ਕਿ ਪਿਕਚਰ ਕੀ ਉਹਨੇ ਲਿਜਾ ਕੇ ਬੱਚੀ ਨੂੰ, ਸਾਰੇ ਪ੍ਰੂਫ ਨੇ। ਚਲੋ ਫਿਰ ਵੀ ਆਪਾਂ ਇਹੋ ਕਹਾਂਗੇ ਕਾਨੂੰਨ ਤੋਂ ਉੱਪਰ ਕੁਛ ਨਹੀਂ ਹੈ, ਆਪਾਂ ਇਹੋ ਚਾਹੁੰਦੇ ਹਾਂ ਕਾਰਵਾਈ ਜਲਦੀ ਮੁਕੰਮਲ ਹੋਏ ਤੇ ਇਹਦੀ ਪ੍ਰੋਸੀਡਿੰਗ। ਮੈਨੂੰ ਬਹੁਤ ਸਹਾਰਾ ਰਿਹਾ ਜੀ, ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਹੈ, ਤੁਹਾਨੂੰ ਅਵੇਅਰਨੈਸ ਕੀਤੀ ਨੇ ਵੀ ਉੱਥੇ ਬੱਚੀ ਦੱਬੀ ਆ, ਤੁਸੀਂ ਉੱਥੋਂ ਕੱਢੋ, ਉਹਨੇ ਵੀ ਸਾਨੂੰ ਉੱਥੇ ਜਾਣ ਨੂੰ ਟਾਈਮ ਲੱਗ ਜਾਣਾ, ਉੱਧਰ ਵੀ PCR ਨੇ ਬੱਚੀ ਕੱਢੀ ਆ। ਪਰ ਇਹ ਵੀ ਬਹੁਤ ਅੱਛੇ ਨੇ, ਲੋਕਲ ਨੇ ਤੁਹਾਨੂੰ ਜਿਆਦਾ ਬੈਟਰ ਰਹੇਗਾ ਲੋਕਲ। ਨਹੀਂ ਨਹੀਂ ਦੇਖੋ ਸਾਨੂੰ ਤਾਂ ਜਸਟਿਸ, ਮੈਂ ਚਾਹੁੰਦੀ ਹਾਂ ਜਲਦੀ ਕੇਸ ਦੀ ਪ੍ਰੋਸੀਡਿੰਗ ਰੱਖਾਂਗੀ, ਪੈਰਵਾਈ ਕਰਦੇ ਰਹਾਂਗੇ। ਹੁਣ ਮੈਂ ਤੁਹਾਡੇ ਨਾਲ ਹਾਂ, ਮੈਨੂੰ ਜਦੋਂ ਵੀ ਕਹੋਗੇ ਮੈਂ ਬੱਚੇ ਆਉਂਦੀ ਰਹਾਂਗੀ। ਬੇਟਾ ਹੌਸਲਾ ਰੱਖੋ, ਮੈਂ ਦੇਖੋ ਮੇਰੀ ਪੂਰੀ ਨਜ਼ਰ ਹੈ ਇਸ ਮੈਟਰ ਤੇ, ਉਮੀਦ ਕਰਦੇ ਹਾਂ ਕਿ ਜਲਦੀ ਹੀ ਹੋਏਗੀ। ਜੇ ਤੁਸੀਂ ਲੈ ਲੈਣਾ ਉਹਨਾਂ ਨੰਬਰ ਐਡਵੋਕੇਟ ਦਾ ਨਾ, ਆਪਾਂ ਗੱਲ ਕਰਾਂਗੇ ਉਹਨਾਂ ਨਾਲ, ਪੁੱਛਾਂਗੇ ਤੇ ਬਾਕੀ ਪੁਲਿਸ ਕਮਿਸ਼ਨਰ ਸਾਹਿਬ ਨਾਲ ਮੈਂ ਦੁਬਾਰਾ ਗੱਲ ਕਰਾਂਗੀ। ਅੱਜ ਉਹ ਸਵੇਰ ਦੇ 2 ਫੋਨ ਆਪਾਂ ਕਰ ਚੁੱਕੇ ਹਾਂ, ਮੇਰਾ ਹਾਲੇ ਤੱਕ ਉਹਨਾਂ ਨਾਲ ਮੀਟਿੰਗ ਵਿੱਚ, ਹਾਂ ਮੀਟਿੰਗ ਵਿੱਚ ਹੈਗੇ ਸੀ, ਕੰਟੈਕਟ ਨਹੀਂ ਹੋ ਪਾਇਆ। ਬੈਕ ਕਾਲ ਭਾਵੇਂ ਹੁਣੇ ਹੀ ਆ ਜਾਏ ਉਹਨਾਂ ਦੀ, ਤੇ ਆਪਾਂ ਪੁੱਛਾਂਗੇ ਉਹਨਾਂ ਨੂੰ ਕਿ ਕਦੋਂ ਤੱਕ ਚਲਾਨ ਪੇਸ਼ ਕਰ ਰਹੇ ਨੇ, ਕਿਉਂਕਿ ਇਹ ਬੜਾ ਰੇਅਰ ਕੇਸ ਹੈ ਇੱਦਾਂ ਦਾ, ਬੜਾ ਦਰਦਨਾਕ ਹੈ। ਸਾਰੇ ਪੰਜਾਬ ਦੀਆਂ ਨਜ਼ਰਾਂ ਇਸ ਕੇਸ ਤੇ ਨੇ ਕਿ ਕਦੋਂ ਇਹ ਚਲਾਨ ਪੇਸ਼ ਪੁਲਿਸ ਕਰਦੀ ਹੈ, ਕਦੋਂ ਇਹਦੀ ਕੇਸ ਦੀ ਪੈਰਵਾਈ ਸ਼ੁਰੂ ਹੁੰਦੀ ਹੈ। ਉਮੀਦ ਹੈ ਬੇਟਾ ਜਸਟਿਸ ਮਿਲੇਗਾ ਤੁਹਾਨੂੰ, ਤੁਹਾਡੀ ਬੱਚੀ ਨੂੰ ਜਸਟਿਸ ਮਿਲੇਗਾ, ਇੱਕ ਮਾਂ ਨੂੰ ਜਸਟਿਸ ਮਿਲੇਗਾ। ਪਰ ਤੁਸੀਂ ਰੋਣਾ ਨਹੀਂ, ਮੈਂ ਤੁਹਾਨੂੰ ਉਦੋਂ ਵੀ ਕਰਕੇ ਗਈ ਸੀ ਕਿ ਤੁਸੀਂ ਰੋਣਾ ਨਹੀਂ, ਤੁਹਾਡੇ ਨਾਲ ਆਪਾਂ ਸਭ ਹੈਗੇ ਹਾਂ, ਇਹਨਾਂ ਤੋਂ ਉੱਪਰ ਹੋਇਆ ਹੀ ਕੋਈ ਨਹੀਂ। ਵਾਹਿਗੁਰੂ, ਰੋਣਾ ਨਹੀਂ, ਠੀਕ ਹੈ ਬੱਚੇ, ਪ੍ਰੋਮਿਸ ਕਰੋ ਨਹੀਂ ਰੋਗੇ ਪੱਕਾ। ਲਾਸਟ ਟਾਈਮ ਫਾਸਟ ਟ੍ਰੈਕ ਤੇ ਆਪਾਂ ਕੇਸ ਪਾਉਣਾ ਹੋਵੇ, ਉਹ ਤੁਸੀਂ ਜ਼ਰੂਰ ਕਿਰਪਾ ਕਰਕੇ, ਫਾਸਟ ਟ੍ਰੈਕ ਤੇ ਹੀ ਹੋਏਗਾ, ਫਾਸਟ ਟ੍ਰੈਕ ਤੇ ਹੀ ਹੋਏਗਾ। ਮੈਂ ਲਿਖਿਆ ਹੈ ਭਾਰਤ ਸਰਕਾਰ ਨੂੰ ਵੀ ਲਿਖਿਆ ਜਵਾਬ, ਉਦੋਂ ਆਪਾਂ ਅੱਜ ਤੱਕ ਜੋ ਜੋ ਕੇਸ ਦੇ ਵਿੱਚ ਲਿਖਦੇ ਰਹੇ ਹਾਂ ਸਾਨੂੰ ਜਵਾਬ ਆਉਂਦਾ ਰਿਹਾ, ਤੇ ਉਮੀਦ ਹੈ ਇੱਕ ਵਾਰੀ ਨਾ ਚਲਾਨ ਪੇਸ਼ ਹੋ ਜਾਏਗਾ। ਕੋਰਟ ਦੀ ਜਿਵੇਂ ਪ੍ਰੋਸੀਡਿੰਗ ਸ਼ੁਰੂ ਹੋਏਗੀ ਤੇ ਜਿਹੜੀ ਵੀ ਮਾਨੀ ਕੋਰਟ ਵਿੱਚ ਹੋਏਗਾ, ਆਪਾਂ ਕੋਰਟ ਨੂੰ ਵੀ ਲਿਖਾਂਗੇ, ਜੱਜ ਸਾਹਿਬ ਨੂੰ ਵੀ ਲਿਖਾਂਗੇ ਕਿ ਇੱਕ ਰੇਅਰ ਕੇਸ ਹੈ ਤੇ ਇਹਦੇ ਤੇ ਸੁਣਵਾਈ ਜਲਦ ਤੋਂ ਜਲਦ ਹੋਏ ਤੇ ਕਰਾਂਗੇ ਆਪਾਂ। ਉੱਠਣਾ ਕਿਉਂ ਨੀ ਉੱਠਣਾ, ਤੁਸੀਂ ਹਿੰਮਤ ਰੱਖਣੀ ਆਪਣੀ,
ਠੀਕ ਹੈ ਬੇਟਾ ਹਾਂਜੀ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਇਸ ਕੇਸ ਦੇ ਉੱਤੇ ਸਭ ਦੀਆਂ ਨਜ਼ਰਾਂ ਹੈਗੀਆਂ ਹਨ ਪਰ ਪੰਜਾਬ ਦੀ ਹਰ ਇੱਕ ਧੀ ਦੀਆਂ ਨਜ਼ਰਾਂ ਮਨੀਸ਼ਾ ਗੁਲਾਟੀ ਤੇ ਨੇ ਕਿਉਂਕਿ ਤੁਹਾਡੇ ਕੋਲ ਉਹ ਪਾਵਰ ਹੈਗੀ ਹੈ ਜਿਹੜੀ ਤੁਸੀਂ ਸਾਨੂੰ ਦਵਾ ਸਕਦੇ ਹੋ ਕਿ ਹਰ ਇੱਕ ਜਦੋਂ ਵੀ ਗੁਨਾਹ ਹੁੰਦਾ ਹੈ ਕੁੜੀਆਂ ਵੀ ਕਰਦੀਆਂ ਨੇ ਚਲੋ ਮੰਨਦੇ ਹੁਣ ਇਹ ਲੇਡੀ ਨੇ ਕਤਲ ਹੀ ਕੀਤਾ ਪਰ ਇੰਸਟੈਂਟ ਸਜ਼ਾ ਨਹੀਂ ਮਿਲਦੀ ਮੈਮ ਇਹ ਲਾਅ ਪੁਲਿਸ ਦੇ ਹੱਥ ਹੈ ਨਹੀਂ ਸਰਕਾਰਾਂ ਦੇ ਹੱਥ ਵਿੱਚ ਹੈਗਾ ਵੱਡੇ ਵੱਡੇ ਨੁਮਾਇੰਦਿਆਂ ਦੇ ਹੱਥ ਦੇ ਵਿੱਚ ਹੈਗਾ ਕਿਉਂ ਨਹੀਂ ਇੱਦਾਂ ਦਾ ਕਾਨੂੰਨ ਬਣਦਾ ਵੀ ਜੇ ਕਿਸੇ ਕੁੜੀ ਦਾ ਰੇਪ ਹੁੰਦਾ ਹੈ ਸਾਰੇ ਸਬੂਤ ਵੀ ਹੁੰਦੇ ਨੇ ਪਰ ਉਹ ਸਾਲੋ ਸਾਲ ਕੇਸ ਲਟਕਦੇ ਰਹਿੰਦੇ ਨੇ ਫਿਰ ਕਹਿੰਦੇ ਨੇ ਜੀ ਪੰਜਾਬ ਖਾਲੀ ਹੁੰਦਾ ਵਿਦੇਸ਼ ਜਾਂਦਾ ਇਸੋ ਗੱਲੋਂ ਤਾਂ ਵਿਦੇਸ਼ ਜਾਂਦੇ ਆ ਪੰਜਾਬ ਇਹਦੇ ਵਿੱਚ ਮਨੀਸ਼ਾ ਗੁਲਾਟੀ ਤੁਹਾਡੇ ਨਾਲ ਹੀ ਖੜੀ ਹੈ ਆਪ ਮਜਬੂਰ ਹੈ ਮਨੀਸ਼ਾ ਗੁਲਾਟੀ ਆਪ ਕਾਨੂੰਨ ਵੱਲ ਨਜ਼ਰ ਮਾਰ ਕੇ ਦੇਖ ਰਹੀ ਹੈ ਤੁਸੀਂ ਬਿਲੀਵ ਨਹੀਂ ਕਰੋਗੇ ਬੱਚੇ ਮੇਰੇ ਕੋਲ ਰੋਜ਼ ਤੋਂ 40-50 ਲੜਕੀਆਂ ਲੇਡੀਜ਼ ਇੱਦਾਂ ਦੀ ਆ ਰਹੀਆਂ ਨੇ ਜਿਨ੍ਹਾਂ ਦੇ ਮਾਮਲੇ ਕੋਰਟ ਵਿੱਚ ਨੇ ਉਹ ਵੀ ਇੱਕ ਹੋਪ ਲੈ ਕੇ ਆਉਂਦੀਆਂ ਨੇ ਕੀ ਕਰੀਏ ਹੁਣ ਬੜੇ ਸਾਰੇ ਇਹੋ ਜਿਹੇ ਮੈਟਰ ਹੈਗੇ ਨੇ ਜਿਹਦੇ ਵਿੱਚ ਕਾਨੂੰਨ ਵੀ ਕਟਘਰੇ 'ਚ ਕਿਉਂਕਿ ਕਈ ਲੜਕੀਆਂ ਦੇ ਕੇਸ ਇੱਦਾਂ ਦੇ ਹੈਗੇ ਨੇ ਕਿ ਉਹਨਾਂ ਨਾਲ ਜ਼ੋਰ ਜ਼ਬਰਦਸਤੀ ਧੱਕਾਸ਼ਾਹੀ ਹੋਈ ਹੈ ਔਰ ਜਿਹੜੇ ਰਿਪੋਰਟ ਬਣਾਈ ਜਾਂਦੀ ਉਸ ਰਿਪੋਰਟ ਵਿੱਚ ਕਾਨੂੰਨ ਕਟਘਰੇ 'ਚ ਹੈ ਉਹ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਨੇ ਅਤੇ ਆਪਾਂ ਉਹਦੇ 'ਤੇ ਐਕਸ਼ਨ ਲੈਣ ਜਾ ਰਹੇ ਹਾਂ ਜਵਾਬਦੇਹੀ ਮੰਗੀ ਹੈ ਪਰ ਇਹ ਜਿਹੜਾ ਵੀ ਨਾ ਸਟੇਟ ਗਵਰਨਮੈਂਟ ਭਾਰਤ ਸਰਕਾਰ ਉੱਤੇ ਪ੍ਰੈਸ਼ਰ ਪਾ ਸਕਦੀ ਹੈ ਕਿ ਸਾਡੀ ਸਟੇਟ ਵਿੱਚ ਕ੍ਰਾਈਮ ਰੇਟ ਵੱਧ ਰਿਹਾ ਜਾਂ ਸਾਡੀ ਸਟੇਟ ਵਿੱਚ ਇੱਕ ਰਿਪੋਰਟ ਬਣਨੀ ਚਾਹੀਦੀ ਹੈ ਮੈਨੂੰ ਇਹ ਲੱਗਦਾ ਇੱਕ ਹਾਈਟੈਕ ਕਮੇਟੀ ਬਣਨੀ ਚਾਹੀਦੀ ਹੈ ਜਿਹੜਾ ਸਿੱਧਾ ਸਟੇਟ ਗਵਰਨਮੈਂਟ ਦਾ ਰਾਬਤਾ ਸੈਂਟਰਲ ਗਵਰਨਮੈਂਟ ਨਾਲ ਹੋਵੇ ਔਰ ਕੁਛ ਸਟੇਟ ਗਵਰਨਮੈਂਟ ਵੀ ਆਪਣੇ ਪੱਧਰ 'ਤੇ ਇਹੋ ਜਿਹੇ ਕਾਨੂੰਨ ਲਿਆ ਸਕਦੀ ਹੈ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਅੱਜ ਇੱਕ ਬੀਂਗ ਹੈ ਗਰਲ ਤੁਸੀਂ ਇਸ ਚੀਜ਼ ਨੂੰ ਮਹਿਸੂਸ ਕਰਦੇ ਹੋ ਤੁਹਾਡੇ ਦੇਖੋ ਜੀ ਬਹੁਤ ਸਾਰੀਆਂ ਬੱਚੀਆਂ ਪੰਜਾਬ ਦੀ ਹਰ ਔਰਤ ਆਪਣੇ ਆਪ ਨੂੰ ਹੁਣ ਅਨਸੇਫ ਕਿਉਂ ਮਹਿਸੂਸ ਕਰਦੀ ਹੈ ਕਿਉਂਕਿ ਜਿਹੜਾ ਇਹ ਸਮਾਜਿਕ ਤਾਨਾ ਬਾਨਾ ਹੈ ਜਦੋਂ ਔਰਤ ਨੂੰ ਲੜਕੀ ਨੂੰ ਕੋਈ ਵੀ ਪ੍ਰੋਬਲਮ ਹੋਏ ਪਰਸਨਲ ਲੈਵਲ 'ਤੇ ਹੋਏ ਪ੍ਰੋਫੈਸ਼ਨਲ ਲੈਵਲ 'ਤੇ ਹੋਏ ਉਹ ਸਭ ਤੋਂ ਪਹਿਲੇ ਭੱਜ ਕੇ ਥਾਣੇ 'ਚ ਜਾਂਦੀ ਹੈ ਜਦੋਂ ਨਾ ਸੁਣਵਾਈ ਹੋਵੇ ਕਮਿਸ਼ਨ ਵਿੱਚ ਜਾਂਦੀ ਹੈ ਸਾਡੀ ਵੀ ਇਨਵੈਸਟੀਗੇਸ਼ਨ ਏਜੰਸੀ ਪੁਲਿਸ ਹੈ ਸਾਨੂੰ ਵੀ ਉਸ ਤਰਫ ਹੀ ਤੱਕਣਾ ਪੈਂਦਾ ਹੈ ਕਿ ਸਾਨੂੰ ਰਿਪੋਰਟ ਭੇਜਣ ਸਾਨੂੰ ਸੱਚ ਲਿਆ ਕੇ ਦੇਣ ਜਦੋਂ ਸੱਚ ਵੀ ਕਿਸੇ ਵੱਲੇ ਸਾਡੇ ਸ਼ੱਕ ਦੇ ਘੇਰੇ 'ਚ ਆ ਜਾਂਦਾ ਫਿਰ ਸਾਡਾ ਵੀ ਮੱਥਾ ਠਣਕਦਾ ਫਿਰ ਕਈ ਵਾਰੀ ਲੋਕੀ ਮੈਨੂੰ ਕਹਿੰਦੇ ਨੇ ਕਿ ਮੈਡਮ ਬੜੇ ਜ਼ੋਰ ਦੇ ਬੋਲਦੇ ਨੇ ਮੈਡਮ ਗੁੱਸੇ 'ਚ ਬੋਲਦੇ ਨੇ ਉਹ ਵੀ ਮੇਰੀਆਂ ਵੀ ਇਮੋਸ਼ਨਸ ਹੁੰਦੀਆਂ ਨੇ ਕਿ ਜਿਹੜੀਆਂ ਲੜਕੀਆਂ ਮੇਰੇ ਕੋਲ ਆ ਕੇ ਰੋ ਰਹੀਆਂ ਨੇ ਜਿਨ੍ਹਾਂ ਦੇ ਮੈਂ ਆਂਸੂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂੰਝਦੀ ਰਹਿੰਦੀ ਹਾਂ ਮੈਂ ਵੀ ਕੀ ਕਰਾਂ ਮੈਨੂੰ ਵੀ ਗੁੱਸਾ ਆ ਜਾਂਦਾ ਔਰ ਕਈ ਅਸਹਾਇ ਮਹਿਸੂਸ ਕਰਦੇ ਹਾਂ ਕਿ ਪੂਰਾ ਪੰਜਾਬ ਨਹੀਂ ਠੀਕ ਕਰ ਸਕਦੀ ਪਰ ਫਿਰ ਵੀ ਜਿੰਨਾ ਇਸ ਟਾਈਮ ਤੇ ਮੀਡੀਆ ਸਪੋਰਟ ਕਰ ਰਿਹਾ ਲੋਕ ਸਪੋਰਟ ਕਰ ਰਹੇ ਨੇ ਮੇਰੀ ਕੋਸ਼ਿਸ਼ ਜਾਰੀ ਰਹੇਗੀ ਉਮੀਦ ਹੈ ਇਸ ਉਮੀਦ ਤੇ ਹੀ ਸਾਰੀ ਦੁਨੀਆ ਕਾਇਮ ਹੈ ਪਰਫੈਕਸ਼ਨ ਕਿਸੇ ਵੀ ਚੀਜ਼ ਵਿੱਚ ਨਹੀਂ ਹੈ ਪਰ ਉਮੀਦ ਹੈ ਆਉਣ ਵਾਲੇ ਟਾਈਮ ਵਿੱਚ ਚੀਜ਼ਾਂ ਸੁਧਰਨਗੀਆਂ ਸਾਡੀ ਕੋਸ਼ਿਸ਼ ਜਾਰੀ ਰਹੇਗੀ ਮੈਮ ਜਿਵੇਂ ਹੁਣ ਤੁਹਾਨੂੰ ਏਦਾਂ ਨਹੀਂ ਹੈਗਾ ਕਿ ਅਸੀਂ ਤੁਹਾਨੂੰ ਕੁਝ ਵਧਾ ਚੜਾ ਕੇ ਦੱਸਦੇ ਹਾਂ ਅਸੀਂ ਛੋਟੇ ਹੁੰਦੇ ਪੜ੍ਹਦੇ ਆ ਰਹੇ ਵੂਮਨ ਚੇਅਰ ਆਫ ਪਰਸਨ ਪੰਜਾਬ 'ਚ ਕਿੰਨੇ ਸਾਲਾਂ ਤੋਂ ਆਊਗੀ ਪਰ ਜਦੋਂ ਤੋਂ ਮਨੀਸ਼ਾ ਗੁਲਾਟੀਆਂ ਨੇ ਲੋਕਾਂ ਨੂੰ ਪਤਾ ਲੱਗਿਆ ਕਿ ਇੱਕ ਇਹ ਵੀ ਅਹੁਦਾ ਹੈਗਾ ਇਨਸਾਫ਼ ਲੈਣ ਦਾ ਇੱਕ ਔਰਤਾਂ ਨੂੰ ਇਨਸਾਫ਼ ਦਵਾਉਣ ਦਾ ਇੱਕ ਇਹ ਵੀ ਰਾਹ ਹੈਗਾ ਕਿ ਵੂਮਨ ਚੇਅਰਪਰਸਨ ਵੀ ਹੁੰਦੀ ਹੈ ਠੀਕ ਹੈ ਜਦੋਂ ਤੋਂ ਤੁਸੀਂ ਆਏ ਉਦੋਂ ਤੋਂ ਸਾਨੂੰ ਵੀ ਪਤਾ ਕਿ ਵਾਇਰਲ ਹੁੰਦੀ ਹੈ ਤੁਹਾਡੀ ਫੇਸਬੁੱਕ ਚੱਲਦੀ ਹੈ ਤੁਹਾਡੀ ਆਈਡੀ ਚੱਲਦੀ ਹੈ ਕਈਆਂ ਨੂੰ ਪਤਾ ਹੀ ਨਹੀਂ ਕਿ ਵੂਮਨ ਆਫ ਚੇਅਰਪਰਸਨ ਦਾ ਇੱਕ ਅਹੁਦਾ ਹੁੰਦਾ ਜਿਹੜੀ ਔਰਤਾਂ ਨੂੰ ਇਨਸਾਫ਼ ਦਵਾਉਣ ਦੇ ਲਈ ਬਿਲਕੁਲ ਸਹਿਮਤ ਆ ਨਹੀਂ ਪਤਾ ਹਾਲੇ ਵੀ ਇੰਨਾ ਸਾਰਾ ਤੁਹਾਡਾ ਸਪੋਰਟ ਹੋਣ ਤੋਂ ਬਾਅਦ ਸਭ ਤੋਂ ਵੱਡਾ ਰੋਲ ਇਸ ਟਾਈਮ ਪੰਜਾਬ ਵਿੱਚ ਮੀਡੀਆ ਦਾ ਹੈ ਜੀ ਮੇਰਾ ਆਪਣਾ ਫੇਸਬੁੱਕ ਆਈਡੈਂਟੀਟੀ ਵੀ ਇੰਨਾ ਵੱਡਾ ਰੋਲ ਨਹੀਂ ਹੈ ਜਿੱਥੋਂ ਮੀਡੀਆ ਸਾਰੇ ਵਾਇਰਲ ਕਰਦਾ ਹੈ ਮੀਡੀਆ ਇੱਥੇ ਤੱਕ ਵੀ ਦਿਲਰੋਜ਼ ਦੀ ਦੁੱਖ ਨੂੰ ਤੁਸੀਂ ਆਪਣਾ ਦੁੱਖ ਸਮਝ ਕੇ ਅੱਗੇ ਲੈ ਕੇ ਆਏ ਜੀ ਸਾਡੇ ਤੱਕ ਵੀ ਪਹੁੰਚਿਆ ਕਈ ਵਾਰੀ ਪੰਜਾਬ ਦੇ ਜ਼ਿਲ੍ਹਿਆਂ 'ਚੋਂ ਸਾਡੇ ਤੱਕ ਨਿਊਜ਼ ਨਹੀਂ ਪਹੁੰਚ ਪਾਉਂਦੀ ਪਰ ਮੀਡੀਆ ਸਾਡੇ ਤੱਕ ਲੈ ਕੇ ਆਉਂਦੀ ਹੈ ਤੁਸੀਂ ਮੇਰੀ ਫੇਸਬੁੱਕ
ਪੋਸਟ ਤੇ ਵੀ ਟੈਗ ਕਰਦੇ ਹੋ ਜਾਂ ਸਾਡੇ ਤੱਕ ਪਰਸਨਲੀ ਪਹੁੰਚਾਉਂਦੇ ਹੋ, ਆਪਾਂ ਉੱਥੇ ਤੱਕ ਪਹੁੰਚ ਕਰ ਪਾਉਂਦੇ ਹਾਂ, ਪਰ ਫਿਰ ਵੀ ਕਿਤੇ ਲੱਗਦਾ ਕਿ ਰੂਰਲ ਪੱਧਰ ਤੇ ਪਿੰਡਾਂ 'ਚ ਹਾਲੇ ਵੀ ਲੋਕਾਂ ਨੂੰ ਨਹੀਂ ਪਤਾ ਕਿ ਕਮਿਸ਼ਨ ਜਿਹੋ ਜਿਹੀ ਇੱਕ ਬੋਡੀ ਹੈਗੀ ਹੈ। ਪਰ ਸਾਨੂੰ ਵੀ ਤੁਹਾਨੂੰ ਹਾਲੇ ਵੀ ਮੈਨੂੰ ਲੱਗਦਾ ਹੈ ਮੋਸਟ ਆਫ ਦਾ ਪੰਜਾਬ ਤੇ ਮੀਡੀਆ ਨੂੰ ਪਤਾ ਹੀ ਨਹੀਂ ਕਿ ਸਾਨੂੰ ਵੀ ਹਾਲੇ ਕਿੰਨੇ ਸਪੋਰਟ ਸਿਸਟਮ ਦੀ ਸਰਕਾਰ ਵੱਲੋਂ ਜ਼ਰੂਰਤ ਹੈ। ਸਾਨੂੰ ਵੀ ਆਪਾਂ ਵੀ ਆਪਣੀ ਇੱਕ ਸੈਟਰਡੇ ਸੰਡੇ ਵੀ ਸਵੇਰ ਤੋਂ ਲੈ ਕੇ ਰਾਤ ਤੱਕ ਆਪਾਂ ਕੰਮ ਕਰਦੇ ਰਹਿੰਦੇ ਹਾਂ ਕਿ ਵੱਧ ਤੋਂ ਵੱਧ ਲੋਕਾਂ ਦੇ ਕੇਸਾਂ ਦੀ ਸੁਣਵਾਈ ਹੋ ਸਕੇ। ਤੇ ਬੇਟਾ ਇੱਕ ਕੋਸ਼ਿਸ਼ ਔਰ ਇੱਕ ਉਮੀਦ ਹੈ ਤੁਹਾਡੇ ਲੋਕਾਂ ਦਾ ਸਾਥ ਹੈ, ਲੱਗੇ ਹੋਏ ਹਾਂ, ਪਰ ਆਉਣ ਵਾਲੇ ਟਾਈਮ ਵਿੱਚ ਫਿਰ ਇਹੋ ਕਹਾਂਗੇ ਕਿ ਜਿਹੜਾ ਸਭ ਤੋਂ ਵੱਡੀ ਤਾਕਤ ਹੈ ਉਹ ਲੋਕਾਂ ਕੋਲ ਹੀ ਹੈਗੀ ਹੈ। ਉਮੀਦ ਹੈ ਕਿ ਲੋਕਾਂ, ਮੈਂ ਚਾਹੁੰਦੀ ਹਾਂ ਲੋਕਾਂ ਨੂੰ ਆਪਣੇ ਕੋਨਸਟੀਟਿਊਸ਼ਨਲ ਰਾਈਟਸ ਪਤਾ ਹੋਣ, ਅਵੇਅਰਨੈਸ ਹੋਏ ਇੱਕ ਲੋਕਾਂ 'ਚ, ਪਤਾ ਹੋਣਾ ਚਾਹੀਦਾ ਹੈ ਕਿ ਆਪਾਂ ਜ਼ੁਲਮ ਦੀ ਕਿਸ ਹੱਦ ਤੱਕ ਆਪਾਂ ਸਹਿਣਾ ਹੈ ਆਪਣੇ ਆਪ ਨੂੰ। ਹੁਣ ਕਈ ਲੋਕੀ ਕਹਿ ਦਿੰਦੇ ਨੇ, ਤੁਸੀਂ ਮੈਡਮ ਕਹਿ ਦਿੰਦੇ ਹੋ, ਮੈਂ ਪਿੱਛੇ ਅੰਮ੍ਰਿਤਸਰ ਅਦਾਲਤ ਲਗਾਈ ਹੈ, ਕਈ ਲੋਕਾਂ ਨੇ ਇਹ ਕਿਹਾ ਕਿ ਤੁਸੀਂ ਲੜਕੀਆਂ ਨੂੰ ਫੋਰਸ ਕਿਉਂ ਕਰ ਰਹੇ ਹੋ। ਮੈਂ ਕਦੇ ਵੀ ਕਿਸੇ ਨੂੰ, ਆਪਾਂ ਕਿਸੇ ਨੂੰ ਫੋਰਸ ਕਰ ਸਕਦੇ ਹਾਂ ਕਿਸੇ ਰਿਸ਼ਤੇ 'ਚ ਜ਼ਬਰਦਸਤੀ ਬੰਨ ਕੇ ਰਹਿਣ ਦੀ? ਸਿਰਫ ਇੱਕ, ਕਿਉਂਕਿ ਇੰਡੀਅਨ ਸੋਸਾਇਟੀ ਸਾਡੀ ਏਦਾਂ ਦੀ ਹੈ ਕਿ ਆਪਾਂ ਇਹ ਸ਼ਾਦੀ ਨੂੰ ਮਜ਼ਾਕ ਨਾ ਸਮਝੀਏ, ਜਾਂ ਤੇ ਸ਼ਾਦੀ ਨਾ ਕਰੀਏ, ਇੰਡੀਪੈਂਡੈਂਟ ਰਹੀਏ। ਔਰ ਅਗਰ ਸ਼ਾਦੀ ਕਰ ਲਈਏ ਤੇ ਰਿਸ਼ਤੇ 'ਚੋਂ ਇੱਕ ਕੋਸ਼ਿਸ਼ ਜ਼ਰੂਰ, ਸਾਡੇ ਜੇ ਕੋਈ ਚੇਅਰ ਤੇ ਬੈਠ ਕੇ ਆਪਾਂ ਇਹ ਨਾ ਕਹੀਏ ਕਿ ਰਿਸ਼ਤੇ ਨੂੰ ਤੋੜਨਾ ਹੀ ਸਭ ਕੁਛ ਹੈ। ਇੱਕ ਇਕੱਲੀ ਔਰਤ ਨੂੰ ਜੀਣ ਦੇਣਾ ਸਮਾਜ ਲਈ ਬਹੁਤ ਔਖਾ ਹੈ। ਕੋਈ ਕਿਰਾਏ ਤੇ ਮਕਾਨ ਦੇ ਕੇ ਤੱਕ ਖੁਸ਼ ਨਹੀਂ ਹੈਗਾ ਇਕੱਲੀ ਔਰਤ ਨੂੰ, ਬਹੁਤ ਸਾਰੀਆਂ ਮੁਸ਼ਕਿਲਾਂ ਨੇ। ਸਿੰਗਲ ਪੇਰੈਂਟਸ ਲਈ ਆਪਣੀ ਬੱਚੀ ਨੂੰ ਅੱਛੇ ਸਕੂਲ 'ਚ ਐਡਮਿਸ਼ਨ ਤੱਕ ਨਹੀਂ ਮਿਲ ਪਾਉਂਦਾ। ਤੇ ਇਸ ਪ੍ਰੋਬਲਮਸ ਨੂੰ, ਕਿਉਂਕਿ ਮੈਂ ਸੁਣਨੀ ਆ ਜਗ੍ਹਾ ਜਗ੍ਹਾ ਤੋਂ ਪੰਜਾਬ 'ਚੋਂ ਲੋਕ ਆਉਂਦੇ ਨੇ, ਇਸੇ ਕਰਕੇ ਬਾਰ ਬਾਰ ਕਹਿੰਦੀ ਆ ਕੁੜੀਆਂ ਨੂੰ ਪੜ੍ਹਾਓ ਲਿਖਾਓ, ਇੰਡੀਪੈਂਡੈਂਟ ਬਣਾਓ, ਮੈਰਿਜ ਨੂੰ ਸੈਕਿੰਡ ਪ੍ਰਾਇਓਰਿਟੀ ਰੱਖੋ ਜੀ। ਕੁਛ ਹੋਰ ਪੁੱਛਣਾ ਦੇਖੋ, ਇਹ ਤੇ ਪਹਿਲੇ ਹਾਲੇ ਆਪਾਂ ਪਹਿਲੇ ਇਹਦੀ ਕਾਨੂੰਨੀ ਪ੍ਰੋਸੀਡਿੰਗ ਸ਼ੁਰੂ ਹੋ ਜਾਏ, ਉਸ ਤੋਂ ਬਾਅਦ ਜਿਹੜਾ ਇਹ ਕੰਮ ਹੈ ਤੁਸੀਂ ਕਹਿ ਰਹੇ ਹੋ ਦਿਲ ਰੋਜ਼ ਦੀ ਯਾਦ ਵਿੱਚ, ਕੁਛ ਇਹ ਕੰਮ ਸਰਕਾਰ ਦਾ ਹੈ, ਮੈਂ ਇਹਦੇ 'ਚ ਤੁਹਾਨੂੰ ਕੁਛ ਕਮਿਟ ਛੋਟੀ ਕਮਿਟਮੈਂਟ ਨਹੀਂ ਕਰਨਾ ਚਾਹੁੰਦੀ, ਕਿਉਂਕਿ ਇਹ ਕਮਿਸ਼ਨ ਸਿਫਾਰਿਸ਼ ਕਰ ਸਕਦਾ, ਸਿਫਾਰਿਸ਼ ਮੈਂ ਜ਼ਰੂਰ ਕਰਾਂਗੀ, ਕਿਉਂ ਨਹੀਂ ਕਰਾਂਗੀ, ਸਿਫਾਰਿਸ਼ ਕਰ ਸਕਦਾ, ਪਰ ਜੋ ਸਰਕਾਰੀ ਪੱਧਰ ਤੇ ਸਰਕਾਰ ਨੇ ਕਰਨਾ ਹੈ ਉਹ ਸਰਕਾਰ ਨੇ ਕਰਨਾ ਹੈ। ਆਪਾਂ ਇਹ ਜ਼ਰੂਰ ਤੁਸੀਂ ਮੈਨੂੰ ਲਿਖ ਸਕਦੇ ਹੋ, ਆਪਾਂ ਜ਼ਰੂਰ ਇਹ ਸਰਕਾਰ ਨੂੰ। ਔਰ ਮੈਮ, ਲੁਧਿਆਣਾ ਪੁਲਿਸ ਨੇ ਪਹਿਲੀ ਵਾਰੀ ਇੱਦਾਂ ਕੀਤਾ ਹੈ, ਜੋ ਭਾਵੇਂ ਤੁਹਾਡੇ ਆਉਂਦੇ ਕਿ 3 ਦਿਨਾਂ ਦਾ ਜਿਹੜਾ ਚਲਾਨ ਸੀਗਾ ਉਹ 28 ਦਿਨਾਂ ਦੇ ਵਿੱਚ ਪ੍ਰੋਪਰ ਕੰਪਲੀਟ ਹੋ ਚੁੱਕਿਆ ਔਰ 2 ਦਿਨਾਂ ਦੇ ਵਿੱਚ ਉਹ ਪੇਸ਼ ਹੋ ਜਾਣਾ ਅਦਾਲਤ ਦੇ ਵਿੱਚ। ਸਲਿਊਟ ਵੀ ਹੈਗਾ ਪ੍ਰਸ਼ਾਸਨ ਨੂੰ ਵੀ, ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਅੱਗੇ ਵੱਧਦਾ ਜਾਂਦਾ ਪਬਲਿਕ ਦਾ। ਪਰ ਮੈਂ ਸਾਰਾ ਕ੍ਰੈਡਿਟ ਮੀਡੀਆ ਨੂੰ ਹੀ ਸਿਰਫ ਦੇਣਾ ਚਾਹੁੰਦੀ ਹਾਂ, ਸਿਰਫ ਤੁਹਾਡੀ ਅਵੇਅਰਨੈਸ ਹੈ, ਬਸ ਸਮਾਂ ਬਦਲ ਚੁੱਕਾ ਹੈ, ਅੱਜ ਪੁਰਾਣੇ ਵਾਲੇ ਟਾਈਮ ਦੀ ਉਹ ਮੀਡੀਆ ਨਹੀਂ ਰਹੀ, ਬਹੁਤ ਅਵੇਅਰ ਹਰ ਬੱਚਾ, ਹਰ ਮੀਡੀਆ ਫੀਮੇਲ ਹੋਵੇ ਮੇਲ ਹੋਵੇ ਇਸ ਦਰਦ ਨੂੰ ਸਮਝਦਾ, ਪਰ ਇਹਨਾਂ ਕੋਲ ਚੀਜ਼ਾਂ ਰਿਵਰਸ ਨਹੀਂ ਹੋ ਰਹੀਆਂ, ਰਿਵਰਸ ਵੀ ਹੋ ਰਹੀਆਂ ਨੇ, ਮੇਲ ਲੋਕਾਂ ਨੂੰ ਵੀ ਜਸਟਿਸ ਨਹੀਂ ਮਿਲ ਰਿਹਾ, ਉਹ ਵੀ ਤਾਂ ਕਿਸੇ ਮਾਂ ਦੇ ਹੀ ਜੰਨੇ ਹੋਏ ਹੈਗੇ ਨੇ, ਉਹਨਾਂ ਦੀ ਵੀ ਤੇ ਕੋਈ ਭੈਣ ਹੈ ਕੋਈ ਮਾਂ ਹੈ ਉਹਨਾਂ ਦੇ ਪਿੱਛੇ, ਜਿਹਨਾਂ ਆਦਮੀਆਂ ਨਾਲ ਵੀ ਜਸਟਿਸ ਨਹੀਂ ਹੋ ਰਿਹਾ, ਮੈਜੋਰਿਟੀ ਆਫ ਨੰਬਰਸ ਨੇ ਮੇਲ ਵੀ। ਅੱਜ ਤੁਸੀਂ ਮਿਲੋਗੇ, ਵਿਸ਼ਵਾਸ ਨਹੀਂ ਕਰੋਗੇ, ਸਵੇਰ ਦੇ 50 ਲੋਕਾਂ ਨੂੰ ਅੱਜ ਆਫਿਸ 'ਚ ਹੁਣ ਬੈਠ ਕੇ 2 ਵਜੇ ਆਫਿਸ 'ਚੋਂ ਚੱਲੀ ਹਾਂ ਤੇ ਘੱਟ ਤੋਂ ਘੱਟ 20 ਮੇਲ ਲੋਕੀ ਮੇਰੇ ਕੋਲ ਕੰਪਲੇਂਟਸ ਲੈ ਕੇ ਆ ਚੁੱਕੇ ਨੇ ਕਿ ਜਿਹਨਾਂ ਨੂੰ ਜਸਟਿਸ ਨਹੀਂ ਮਿਲ ਰਿਹਾ, ਸੁਣਵਾਈ ਨਹੀਂ ਹੋ ਰਹੀ। ਮੈਮ, ਕਮੀ ਕਿੱਥੇ ਹੈਗੀ ਹੈ? ਕਮੀ ਜਦ ਤੱਕ ਆਪਾਂ ਫੈਮਿਨਿਜ਼ਮ ਦੀ ਗੱਲ ਕਰਦੇ ਹਾਂ, ਇਕਵੈਲਿਟੀ ਆਫ ਲਾਅ 'ਚ, ਕਾਨੂੰਨ ਸਮਾਨਤਾ ਦਾ ਅਧਿਕਾਰ ਨਹੀਂ ਨਾ ਮਿਲੇਗਾ ਮਰਦ ਔਰ ਔਰਤ ਨੂੰ ਬਰਾਬਰੀ ਦਾ,
ਕਿਤੇ ਵੀ ਕੁਛ ਵੀ ਇੰਨਾ ਤੁਹਾਨੂੰ ਪੋਜ਼ਿਟਿਵ ਨਹੀਂ ਮਿਲੇਗਾ। ਕਮੀ ਕਾਨੂੰਨ ਇਹ ਚੀ ਹੈ ਕਿ ਸਮਾਨ ਰੂਪ ਨਾਲ ਸਭ ਨੂੰ ਜਸਟਿਸ ਔਰ ਫਾਸਟ ਟ੍ਰੈਕ ਕੋਰਟਸ ਬਣਨੀਆਂ ਚਾਹੀਦੀਆਂ ਨੇ। ਇਸ ਚੀਜ਼ ਦੀ ਤਾਂ ਯੰਗ ਲੋੜ ਕਰਦੇ ਨੇ। ਅਸੀਂ ਪੜ੍ਹੇ ਲਿਖੇ ਅਸੀਂ ਅਸੀਂ ਇਹੀ ਸੋਚਦੇ ਹਾਂ ਕਿ ਕਿਉਂ ਅਸੀਂ ਕਤਾਰ ਦੇ ਵਿੱਚ ਲੱਗੇ ਹੋਏ ਹਾਂ ਜਦੋਂ ਡਿਜੀਟਲਾਈਜੇਸ਼ਨ ਹੈਗੀ ਹੈ, ਜਦੋਂ ਪੜ੍ਹੇ ਲਿਖੇ ਹੈਗੇ ਤੁਸੀਂ ਹੈਗੇ, ਹੋਰ ਵੁਮਨਸ ਹੈਗੀਆਂ ਨੇ, ਜੈਂਟਸ ਹੈਗੇ ਨੇ, ਇੰਨੇ ਵਧੀਆ ਵਧੀਆ ਲਾਅ ਹੈਗੇ ਨੇ, ਰੂਲ ਨੇ, ਫਿਰ ਕਿਉਂ ਨੀ ਏਦਾਂ ਨੂੰ ਇਨਸਾਫ਼ ਨੂੰ ਅਸੀਂ ਅੱਧਾ ਹੱਥ ਮੰਗ ਕੇ ਖੜੇ ਰਹਿੰਦੇ ਕਿ ਜੀ ਸਾਨੂੰ ਇਨਸਾਫ਼ ਦੇਸ਼ ਚ ਆਪਾਂ ਆਪਣੀ ਲਾਈਫ ਲਈ, ਆਪਣੇ ਵਜੂਦ, ਆਪਣੀ ਆਈਡੈਂਟੀਟੀ ਲਈ ਬੈਗਿੰਗ ਕਰ ਰਹੇ ਹਾਂ, ਬੈਗਿੰਗ ਕਰ ਰਹੇ ਹਾਂ, ਜਦੋਂ ਕਿ ਸਾਡੇ ਕੰਸਟੀਟਿਊਸ਼ਨ ਵਿੱਚ ਲਿਖਿਆ ਹੋਇਆ ਕਿ ਸਮਾਨਤਾ ਦਾ, ਬਰਾਬਰੀ ਦਾ ਹੱਕ। ਤੇ ਉਮੀਦ ਹੈ ਬੇਟਾ ਉਹਨਾਂ ਨੇ ਇੰਨੀਆਂ ਸਾਰੀਆਂ ਚੀਜ਼ਾਂ ਬਦਲ ਰਹੀਆਂ ਨੇ ਤੇ ਇਹ ਵੀ ਜ਼ਰੂਰ ਬੇਟਾ ਇਹ ਵੀ ਜ਼ਰੂਰ ਬਦਲੇਗਾ। ਨਹੀਂ ਨਹੀਂ ਮੈਂ ਉਧਰ ਨਵੀਂ ਤੇ ਚਲਾ ਜਾ ਆਉਣ ਵਾਲੇ ਸਮੇਂ ਚ ਬੇਟਾ ਇਹ ਵੀ ਚੀਜ਼ਾਂ ਬਦਲਣਗੀਆਂ ਬਦਲਣਗੀਆਂ। ਇਹ ਬਰਾਬਰੀ ਦਾ ਹੱਕ ਜਿਹੜੀ ਆ, ਐਜ਼ ਏ ਕਮਿਸ਼ਨ ਦੀ ਚੇਅਰਪਰਸਨ ਮੇਰਾ ਸਭ ਤੋਂ ਬੜਾ ਹੀ ਹੈ ਵੀ ਮੇਰੇ ਦਿਲ ਨਾਲ ਜੁੜਿਆ ਹੋਇਆ ਮੈਟਰ ਹੈ ਕਿ ਜਿਹੜੀ ਕੋਰਟਾਂ ਵਿੱਚ ਮੈਟਰ ਚੱਲ ਰਹੇ ਨੇ ਨਾ, ਜਿਹਦੇ ਵਿੱਚ ਕਮਿਸ਼ਨ ਹੈਲਪਲੈਸ ਹੈ ਕਿਉਂਕਿ ਕੋਰਟ ਦੀ ਪ੍ਰੋਸੀਡਿੰਗ ਵਿੱਚ ਕਮਿਸ਼ਨ ਕੁਛ ਨਹੀਂ ਕਰ ਸਕਦਾ। ਤੇ ਇਸ ਟਾਈਮ ਬਹੁਤ ਸਾਰੀ ਪਾਪੂਲੇਸ਼ਨ ਜਿਹੜੀ ਸਾਡੇ ਪੰਜਾਬ ਦੀ ਕਿ ਪੂਰੇ ਇੰਡੀਆ ਦੀ ਕੋਰਟਾਂ ਵਿੱਚ ਵਿਚਾਰੀਆਂ ਬੱਚੀਆਂ ਲੈ ਕੇ ਮੇਰੇ ਕੋਲ ਰੋਜ਼ ਲੇਡੀਜ਼ ਕਾਗਜ਼ ਲੈ ਕੇ ਆ ਰਹੀਆਂ ਨੇ, ਮੈਡਮ ਸਾਡੀ ਹੈਲਪ ਕਰੋ। ਪਰ ਮੈਡਮ ਦੇ ਹੱਥੇ 'ਚ ਹੀ ਨਹੀਂ ਹੈ ਕਿ ਕੋਰਟ ਦੇ ਮੈਟਰ ਵਿੱਚ ਆਪਾਂ ਦਖਲ ਅੰਦਾਜ਼ੀ ਕਰ ਹੀ ਨਹੀਂ ਸਕਦੇ। ਪਰ ਉਮੀਦ ਹੈ ਕਿ ਫਾਸਟ ਟ੍ਰੈਕ ਕੋਰਟਸ ਬਣਨ, ਸਪੈਸ਼ਲ ਜਿਹੜੇ ਲੇਡੀਜ਼ ਨਾਲ ਜੁੜੇ ਮੈਟਰ ਨੇ ਉਹਨਾਂ ਲਈ ਸਪੈਸ਼ਲ ਕੋਰਟਸ ਬਣਨੀਆਂ ਚਾਹੀਦੀਆਂ ਨੇ, ਚਾਹੇ ਲੇਡੀਜ਼ ਹੋਏ ਚਾਹੇ ਜੈਂਟਸ ਹੋਏ, ਉਹ ਮੂਵ ਔਨ ਕਰ ਸਕਣ ਆਪਣੇ ਜੀਵਨ ਵਿੱਚ ਕਿ ਬਦਕਿਸਮਤੀ ਨਾਲ ਕੋਰਟ ਕਚਹਿਰੀਆਂ 'ਚ ਮੈਟਰ ਪਹੁੰਚ ਜਾਂਦੇ ਨੇ ਤੇ ਸਾਲੋ ਸਾਲ ਲੱਗ ਜਾਂਦੇ ਨੇ ਤੇ ਇੱਕ ਜ਼ਿੰਦਗੀ ਦਾ ਇੱਕ ਹਿੱਸਾ ਹੀ ਖਤਮ ਹੋ ਜਾਂਦਾ। ਮੈਮ ਜਦੋਂ ਤੁਹਾਡੀ ਲੋਕ ਅਦਾਲਤ ਚੱਲਦੀ ਅਸੀਂ ਦੇਖਦੇ ਹੁੰਦੇ, ਉੱਥੇ ਦੇਖੋ ਕਿੰਨੇ ਕੇਸਿਸ ਆਉਂਦੇ ਨੇ ਹਨਾ, ਜਿਹੜੇ ਲੋਕ ਕਹਿੰਦੇ ਨੇ ਕਿ 3 ਸਾਲਾਂ ਤੋਂ 5 ਸਾਲਾਂ ਤੋਂ, ਫਿਰ ਵਿਸ਼ਵਾਸ ਉੱਠ ਜਾਂਦਾ ਹੈ, ਲੋਕ ਮਰਡਰ ਤੱਕ ਹੱਥ ਕਾਨੂੰਨ ਕਿਉਂ ਲੈਂਦੇ ਨੇ, ਲੋਕ ਕਹਿੰਦੇ ਕਿ ਅਸੀਂ ਕਚਹਿਰੀਆਂ 'ਚ ਜਾਵਾਂਗੇ ਸਾਨੂੰ ਤਾਂ ਜੀ ਇਨਸਾਫ਼ ਮਿਲਣਾ ਹੀ ਨਹੀਂ, ਅਸੀਂ ਆਪਣੇ ਤੌਰ 'ਤੇ ਆਹ ਕੁਛ ਕਰ ਲਈਏ। ਪਰ ਇਹ ਗਲਤ ਹੈ ਜੀ, ਇਹ ਕਾਨੂੰਨ ਤੋਂ ਉੱਪਰ ਕੁਛ ਵੀ ਨਹੀਂ ਹੈ। ਦੇਰ ਹੈ ਸਵੇ ਇਸ ਚੀਜ਼ ਨੂੰ, ਦੇਰ ਜ਼ਰੂਰ ਹੋ ਰਹੀ ਹੈ, ਪਰ ਆਪਾਂ ਇਹ ਕਾਨੂੰਨ ਤੋਂ ਉੱਪਰ ਕੁਛ ਨਹੀਂ, ਕਾਨੂੰਨ ਨੂੰ ਆਪਣੇ ਹੱਥੇ 'ਚ ਨਹੀਂ ਲੈਣਾ ਚਾਹੀਦਾ। ਔਰ ਜਿੱਥੇ ਇੰਨੀਆਂ ਚੀਜ਼ਾਂ 'ਚ ਹੁਣ ਲੋਕੀ ਅਵੇਅਰ ਹੋ ਰਹੇ ਨੇ, ਅਵੇਅਰਨੈਸ ਆ ਰਹੀ ਹੈ, ਮੀਡੀਆ ਇੰਨਾ, ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਸਭ ਤੋਂ ਵੱਡਾ ਮੁੱਦਾ ਇਹੀ ਹੋ ਰਹਿਣਾ ਕਿ ਹਰ ਮੈਟਰ ਨੂੰ ਲੈ ਕੇ ਜਿਹੜੇ ਫੈਮਿਲੀ ਕੋਰਟ ਬਣੇ ਹੋਏ ਨੇ ਫਾਸਟ ਟ੍ਰੈਕ ਕੋਰਟਸ ਬਣਨ ਤੇ ਜਲਦੀ ਜਸਟਿਸ ਮਿਲੇ। ਆਪਾਂ ਅਪੀਲ ਕਰਦੇ ਰਹਿੰਦੇ ਹਾਂ, ਪਰ ਮੈਨੂੰ ਉਮੀਦ ਪੂਰੀ ਹੈ ਕਿ ਇਹ ਜਲਦੀ ਇਸ ਮੈਟਰ ਦੀ ਤਰਫ ਵੀ ਭਾਰਤ ਸਰਕਾਰ ਨੇ ਬਣਾਉਣੇ ਨੇ ਫਾਸਟ ਟ੍ਰੈਕ ਕੋਰਟਸ, ਕਿ ਆਪਾਂ ਸਟੇਟ ਗਵਰਨਮੈਂਟ ਨੂੰ ਵੀ ਅਪੀਲ ਕਰਾਂਗੇ ਕਿ ਇਹ ਪ੍ਰੈਸ਼ਰ ਬਣਾਏ। ਠੀਕ ਹੈ, ਇੱਕ ਮਿੰਟ ਮੈਮ, ਥੋੜੀ ਜਿਹੀ ਜਗ੍ਹਾ ਬਣਾਓ। ਹਾਂਜੀ ਯਾਰ, ਇਸ਼ਾ ਮੈਮ ਤੁਸੀਂ ਕਰੋ, ਮੈਂ ਕਰ ਜੁਆਇੰਟ ਕਰ ਪਕੜਿਆ ਜੋ ਬੱਚੀ ਜੁਆਇੰਟ ਕਰ ਲੈ, ਜੁਆਇੰਟ ਕਰ ਜੁਆਇੰਟ ਕਰ ਬਸ। ਠੀਕ ਹੈ, ਮੈਂ ਨਾ ਜੋ ਦੂਸਰੀ ਬੱਚੀ ਦੇ ਵੀ ਘਰ ਜਾਣਾ ਹੈ, ਕਿਤੇ ਹੋਰ ਬੱਚੀ ਪਈ ਹੋਈ ਹੈ ਵਿਚਾਰੀ, ਉਹਨੇ ਇਨ ਲੋਸ ਨੇ ਉਹ ਨਿਊਜ਼ ਵਾਇਰਲ ਹੋ ਰਹੀ ਸੀ ਤੇ ਮੈਂ ਅੱਜ ਉਹਨੂੰ ਵੀ ਮਿਲਣ ਜਾਣਾ। ਨਹੀਂ ਰੈਡੀ ਲੋਨ ਕਰੋ ਜੀ, ਜਨਾ ਮੈਨੂੰ ਰੁਕੋ ਨਾ, ਰੋਲ ਰੁਕੋ ਨਹੀਂ ਹੈ, ਮੈਂ ਤੁਸੀਂ ਰੋਲ ਰੋਲ ਤੇ ਘਰ ਆਏ ਹੋ, ਇੰਨਾ ਚਿਰ ਹੋ ਚੁੱਕਾ ਹੋਇਆ ਹੈ, ਪਰ ਹੁਣ ਇੱਕ ਵਾਰ ਫਿਰ ਤੋਂ ਦੁਬਾਰਾ ਤੁਸੀਂ ਪੜਤਾਲ ਕਰਨ ਵਾਸਤੇ ਅੱਜ ਪਹੁੰਚੇ ਹੋ। ਹਾਂਜੀ, ਮੈਨੂੰ ਦਿਲਰੋਜ਼ ਦੇ ਪਾਪਾ ਦਾ, ਇਹਨਾਂ ਦੇ ਫਾਦਰ ਇਨ ਲਾਅ ਦਾ ਰੋਜ਼ ਫੋਨ ਆ ਰਿਹਾ ਸੀ। ਮੇਰੀ ਇਹਨਾਂ ਨਾਲ ਵੀ, ਬਿਟੀਆਂ ਨਾਲ ਵੀ ਗੱਲ ਹੋਈ 3-4 ਵਾਰੀ, ਜਿੰਨੀ ਵਾਰੀ ਵੀ ਫੋਨ ਹੋਇਆ ਉਹਨਾਂ ਨੇ ਇਹਨਾਂ ਨਾਲ, ਦਿਲਰੋਜ਼ ਦੀ ਮੰਮੀ ਨਾਲ ਵੀ ਗੱਲ ਕਰਵਾਈ ਤੇ ਇਹ ਬਹੁਤ ਆਪਣੇ ਆਪ ਨੂੰ ਵੀਕ ਮਹਿਸੂਸ ਕਰ ਰਹੇ ਸਨ। ਹੋਰ ਮੈਂ ਸਮਝਦੀ ਵੀ ਇਸ ਚੀਜ਼ ਨੂੰ ਐਜ਼ ਏ ਮਦਰ, ਇਹਨਾਂ ਦੀ ਇਮੋਸ਼ਨਸ ਨੂੰ, ਤੇ ਫਿਰ ਇਹਨਾਂ ਨੂੰ ਉਹ ਕਹਿੰਦੇ ਚਾਹੁੰਦੇ ਸੀ, ਇਹਨਾਂ ਦੀ ਵਿਸ਼ ਸੀ ਕਿ ਮੈਂ ਮਿਲਣ ਆਵਾਂ। ਮੈਂ ਅੱਜ ਇਹਨੂੰ ਹੌਸਲਾ ਦੇਣ ਦੁਬਾਰਾ ਤੋਂ ਆਈ ਹਾਂ ਕਿ ਕਾਨੂੰਨੀ ਪ੍ਰੋਸੀਡਿੰਗ, ਇਹਨਾਂ ਦਾ ਵੀ ਕਈ ਹੋਈ ਕੰਸਰਨ ਨੇ,
ਕਿ ਜਲਦ ਤੋਂ ਜਲਦ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੋਵੇ। ਹਾਲਾਂਕਿ ਮੈਮ 3 ਮਹੀਨੇ ਦੀ ਜਿਹੜੀ ਕਾਰਵਾਈ ਸੀ ਉਹਨੂੰ ਕਾਫੀ ਸ਼ਾਰਟ ਕਰ ਦਿੱਤਾ ਗਿਆ ਹੈ, ਪਰ ਹਜੇ ਵੀ ਕਦ ਤੱਕ ਇਨਸਾਫ ਦੀ ਜਿਹੜੀ ਮੰਗ ਹੈ ਉਹ ਦੇਖ ਸਕਦੇ ਹਾਂ ਕਿ ਕਦ ਤੱਕ ਇਨਸਾਫ ਮਿਲਦਾ ਨਜ਼ਰ ਆਏਗਾ। ਦੇਖੋ ਬੇਟਾ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਚਲਾਨ ਆਲਮੋਸਟ ਪ੍ਰੋਸੀਡਿੰਗ ਇਨਵੈਸਟੀਗੇਸ਼ਨ ਪੂਰੀ ਹੋ ਚੁੱਕੀ ਹੈ, 2 ਦਿਨ ਚਲਾਨ ਇਹਦਾ ਪੇਸ਼ ਹੋ ਜਾਏਗਾ ਦਿਲਰੋਸਾ, ਤੇ ਨਾਲ ਹੀ ਕੋਰਟ ਦੀ ਪ੍ਰੋਸੀਡਿੰਗ ਸ਼ੁਰੂ ਹੋ ਜਾਏਗੀ। ਇਹ ਦੱਸ ਰਹੇ ਨੇ ਲੁਧਿਆਣਾ ਦੇ ਸੀਨੀਅਰ ਐਡਵੋਕੇਟ ਹੈਗੇ ਨੇ, ਉਹ ਇਸ ਕੇਸ ਨੂੰ ਦੇਖ ਰਹੇ ਨੇ, ਮੈਂ ਉਹਨਾਂ ਨਾਲ ਗੱਲ ਕਰਾਂਗੀ, ਆਪਾਂ ਪੈਰਵਾਈ ਕਰਦੇ ਰਹਾਂਗੇ, ਹੁਣ ਫਿਰ ਆਪਾਂ ਕੋਰਟ ਨੂੰ ਲਿਖਾਂਗੇ। ਇਸ ਤੋਂ ਬਾਅਦ ਸਾਡਾ ਜਿਹੜਾ ਦੁਬਾਰਾ ਕੰਮ ਮੇਰਾ ਸ਼ੁਰੂ ਹੋਏਗਾ, ਜੋ ਮੈਂ ਸਿਫਾਰਿਸ਼ ਕਰ ਸਕਦੀ ਹਾਂ, ਆਪਾਂ ਕੋਰਟ ਨੂੰ ਲਿਖਾਂਗੇ ਕਿ ਜਲਦ ਤੋਂ ਜਲਦ ਇਸ ਕੇਸ ਦਾ ਇੱਕ ਮਦਰ ਦੀ ਫੀਲਿੰਗਸ ਨੂੰ ਸਮਝਦੇ ਹੋਏ, ਨਾਲੇ ਪੂਰੇ ਪੰਜਾਬ ਦੀ ਨਜ਼ਰ ਹੈ ਇਸ ਮੈਟਰ ਤੇ, ਕਿ ਬੜਾ ਹੀ ਰੇਅਰ ਮੈਟਰ ਸੀ ਔਰ ਬੜਾ ਦਰਦਨਾਕ ਸੀ, ਤੇ ਆਪਾਂ ਕੋਰਟ ਨੂੰ ਵੀ ਸਿਫਾਰਿਸ਼ ਕਰਾਂਗੇ ਕਿ ਜਲਦ ਤੋਂ ਜਲਦ ਇਹਦੇ ਚ ਇਹਦੀ ਪ੍ਰਕਿਰਿਆ ਪੂਰੀ ਕਰ ਲਈ। ਮੈਮ ਸੈਂਟਰ ਗਵਰਨਮੈਂਟ ਨੂੰ ਤੁਸੀਂ ਲਿਖੋਗੇ ਕਿ ਜਿਹੜੇ ਰੂਲ ਐਂਡ ਰੈਗੂਲੇਸ਼ਨ ਨੇ, ਲਾਅ ਹੈ, ਉਹਦੇ ਵਿੱਚ ਕਿਤਨਾ ਕਿਤੇ ਤਬਦੀਲੀ ਹੋਣੀ ਚਾਹੀਦੀ, ਜਿਹੜਾ ਇੰਸਟੈਂਟ ਸਜ਼ਾ ਜਿਹੜੀ ਹੈ ਫੌਰਨ ਦੀ ਅਸੀਂ ਸੁਣਦੇ ਹਾਂ ਉਹ ਵੀ ਇਸੇ ਤਰ੍ਹਾਂ ਹੋਵੇ। ਬੇਟਾ ਆਲਰੇਡੀ ਲਿਖ ਚੁੱਕੇ ਆ, ਜਿਸ ਦਿਨ ਮੈਂ ਆਈ ਸੀ ਇਹਨਾਂ ਨੂੰ ਮਿਲਣ, ਆਪਾਂ ਅਗਲੇ ਦਿਨ ਨੀ, ਆਪਾਂ ਬਹੁਤ ਸਾਰੀਆਂ ਲੈਟਰਸ ਟਾਈਮ ਟੂ ਟਾਈਮ ਕੱਢਦੇ ਰਹਿੰਦੇ ਹਾਂ ਕਿ ਇਹੋ ਜਿਹੀਆਂ ਜਿੰਨੇ ਵੀ ਲਾਅ ਨਾਲ ਇਹੋ ਜਿਹੇ ਕੇਸਿਸ ਹੋ ਰਹੇ ਨੇ, ਜਾਂ ਔਰਤਾਂ ਨਾਲ ਜਿੰਨੀ ਵੀ ਜ਼ੋਰ ਜ਼ਬਰਦਸਤੀ ਜਾਤੀ ਹੋ ਰਹੀ ਹੈ, ਔਰਤਾਂ ਨਾਲ ਜੁੜੇ ਲਾਅ ਤੇ ਪ੍ਰੋਸੀਡਿੰਗ ਤੇ ਇੱਕ ਕਾਨੂੰਨ ਸਖ਼ਤ ਤੋਂ ਸਖ਼ਤ ਬਣਨ, ਇੱਕ ਇਹਨਾਂ ਦੀ ਜਿਹੜੀ ਪ੍ਰਕਿਰਿਆ ਹੈ ਇਹਨਾਂ ਨੂੰ ਜਸਟਿਸ ਮਿਲਣ ਦੀ, ਉਹਦੇ ਵਾਸਤੇ ਫਾਸਟ ਟ੍ਰੈਕ ਕੋਰਟ ਬਣਨੇ ਚਾਹੀਦੇ ਨੇ। ਉਹ ਕੇਸ ਤੇ ਬੇਟਾ ਰੋਜ਼ ਬਹੁਤ ਸਾਰੇ ਰਜਿਸਟਰਡ ਹੁੰਦੇ ਨੇ, ਪਰ ਮਾਇਨੇ ਆ ਰੱਖਦਾ ਜਸਟਿਸ ਕਿੰਨਿਆਂ ਨੂੰ ਮਿਲ ਰਿਹਾ, ਸੁਣਵਾਈ ਕਿੰਨਿਆਂ ਦੀ ਹੋ ਰਹੀ ਹੈ। ਜੀ ਮੈਮ, ਅਸੀਂ ਕਿਉਂਕਿ ਕਈ ਵਾਰ ਦੇਖਦੇ ਹਾਂ ਮਾਸੂਮ ਬੱਚਿਆਂ ਨਾਲ ਵੀ ਖਿਲਵਾੜ ਵੀ ਹੁੰਦਾ ਵੈ, ਅਤਿਆਚਾਰ ਵੀ ਹੁੰਦਾ, ਪਰ ਉਹ ਸਾਲੋ ਸਾਲ ਜਿਹੜੇ ਉਹ ਕੇਸ ਇੰਜੀ ਲਟਕਦੇ ਰਹਿੰਦੇ ਆ, ਪਰ ਇਨਸਾਫ਼ ਜਿਹੜਾ ਜਲਦ ਨਹੀਂ ਮਿਲਦਾ। ਬੇਟਾ ਆਪਾਂ ਇਨਸਾਫ਼ ਦੀ ਗੱਲ ਕਰੀਏ, ਆਪਾਂ ਇੱਕ ਗੱਲ ਇਹ ਦੇਖੀਏ ਕਿ ਅੱਗੇ ਕਿੰਨੇ ਕੋ ਆ ਪਾਉਂਦੇ ਨੇ, ਮੀਡੀਆ ਦੀ ਵੀ ਨਜ਼ਰ ਜਾਂ ਸਾਡੀ ਵੀ ਨਜ਼ਰ ਕਿੰਨੀ ਪੈ ਜਾਂਦੀ ਹੈ, ਕਿੰਨੇ ਕੋ ਮੈਟਰ ਅੱਗੇ ਆ ਪਾਉਂਦੇ ਨੇ, ਕੁਛ ਲੋਕ ਤੇ ਅੱਗੇ ਹੀ ਨਹੀਂ ਆਉਣਾ ਚਾਹੁੰਦੇ ਸਮਾਜ ਦੇ ਡਰ ਤੋਂ, ਜਾਂ ਇੱਕ ਸਾਡੀ ਤੇ ਅਪਰੋਚ ਹੀ ਨਹੀਂ ਹੈਗੀ, ਜਾਂ ਸਾਡੀ ਸੁਣਵਾਈ ਹੀ ਨਹੀਂ ਹੋਣੀ, ਦਬਾ ਦਿੱਤੇ ਜਾਂਦੇ ਨੇ ਕੇਸ ਬਹੁਤ ਸਾਰੇ ਨੰਬਰ। ਤੁਹਾਡੇ ਵੱਲੋਂ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਡਰ ਕੇ ਸਹਿਮ ਕੇ ਅੰਦਰ ਵੜ ਜਾਂਦੇ ਆ ਕਿ ਅਸੀਂ ਨਹੀਂ ਜਾ ਸਕਦੇ ਕੋਰਟਾਂ ਵਿੱਚ? ਮੇਰਾ ਤੇ ਇਹੀ ਮੰਨਣਾ ਹੈ ਕਿ ਅੱਜ ਤੁਹਾਡੇ ਕੋਲ ਜਿਹੜੀ ਸਾਡੇ ਸਮਾਜ ਕੋਲ ਸਭ ਤੋਂ ਵੱਡੀ ਪਾਵਰ ਹੈਗੀ ਉਹ ਮੀਡੀਆ ਦੀ ਪਾਵਰ ਹੈ। ਜੇ ਤੁਹਾਨੂੰ ਲੱਗਦਾ ਹੈ ਕਿਤੇ ਵੀ ਕਿਸੇ ਚ ਵੀ ਕੋਈ ਨੁਕਸ ਹੈਗਾ ਜਾਂ ਕੋਈ ਕੰਮ ਪ੍ਰੋਪਰ ਨਹੀਂ ਕਰ ਰਿਹਾ, ਕਿਉਂਕਿ ਜਵਾਬਦੇਹੀ ਬਣਦੀ ਹੈ ਜੀ, ਤੇ ਉਸ ਜਵਾਬਦੇਹੀ ਦਾ ਜਿਹੜਾ ਇੱਕ ਸਵਾਲ ਖੜਾ ਕਰਦਾ ਉਸ ਜਵਾਬ ਦੇ ਤੇ ਉਹ ਸਿਰਫ ਤੇ ਸਿਰਫ ਮੀਡੀਆ ਹੈ। ਜੇ ਤੁਹਾਨੂੰ ਲੱਗਦਾ ਹੈ ਤੁਹਾਡੇ ਨਾਲ ਥਾਣਿਆਂ 'ਚ ਕਿਤੇ ਵੀ ਧੱਕਾਸ਼ਾਹੀ ਹੋ ਰਹੀ, ਤੁਹਾਡੀ ਸੁਣਵਾਈ ਨਹੀਂ ਹੋ ਰਹੀ, ਤੁਸੀਂ ਆਪਣੀ ਅਪਰੋਚੇਬਲ ਸਹੀ ਜਗ੍ਹਾ ਤੇ ਮੀਡੀਆ ਨੂੰ ਅਪਰੋਚ ਕਰੋ। ਮੀਡੀਆ ਉਹ ਰੋਸ਼ਨੀ ਹੈ ਜਿਹੜੀ ਉਹ ਜਾਤੀ ਉੱਤੇ ਤੁਹਾਨੂੰ ਇਨਸਾਫ਼ ਦਿਖਾਉਣ ਦੀ ਦਿਸ਼ਾ 'ਚ ਕੰਮ ਕਰ ਸਕਦੀ ਤੇ ਉਹ ਕ੍ਰੈਡਿਟ ਤੇ ਅਪੀਲ ਹੀ ਹੈ ਲੋਕਾਂ ਨੂੰ ਕਿ ਜ਼ੁਲਮ ਨਾ ਸਹੋ, ਜ਼ੁਲਮ ਦੇ ਖਿਲਾਫ ਆਵਾਜ਼ ਚੁੱਕੋ, ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।